ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੱਲਬਾਤ ਵਿੱਚ, ਖਾਲਸਾ ਸਾਹਿਬ ਦੀ ਗੱਲਬਾਤ ਦੇ ਵਿੱਚ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ। ਅਤੇ ਅੱਜ ਦੀ ਇਹ ਖਾਸ ਗੱਲਬਾਤ ਦੇ ਵਿੱਚ ਸਾਡੇ ਨਾਲ ਖਾਲਸਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਰਵੀ ਸਿੰਘ ਜੀ ਅਤੇ ਵਾਤਾਵਰਣ ਮਾਹਿਰ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਜੀ ਪੰਜਾਬ ਤੋਂ ਜੁੜੇ ਹੋਏ ਹਨ। ਅਤੇ ਅੱਜ ਦੀ ਇਹ ਗੱਲਬਾਤ ਅਸੀਂ ਆਪਣੇ ਇੱਕ ਨਵੇਂ ਪ੍ਰੋਜੈਕਟ ਨੂੰ ਲੈ ਕੇ ਆਪ ਜੀ ਦੇ ਨਾਲ ਕੁਝ ਸਾਂਝਾ ਪਾਉਣ ਜਾ ਰਹੇ ਹਾਂ ਅਤੇ ਉਹਦੇ ਬਾਬਤ ਅਸੀਂ ਗੱਲਬਾਤ ਕਰਾਂਗੇ। ਅਤੇ ਜਿਸ ਤਰ੍ਹਾਂ ਅਸੀਂ ਆਮ ਸੁਣਦੇ ਹਾਂ ਇੱਕ ਲਫ਼ਜ਼ ਬਾਇਓਡਾਇਵਰਸਿਟੀ, ਕਿ ਜੈਵ ਵਿਭਿੰਨਤਾ ਦੀ ਜਿਹੜੀ ਗੱਲ ਹੁੰਦੀ ਆ ਕਿ ਅਸੀਂ ਇਸ ਧਰਤੀ ਦੇ ਉੱਤੇ ਮਨੁੱਖ, ਹੋਰ ਜੀਵ ਜੰਤੂ ਅਤੇ ਪਸ਼ੂ ਪੰਛੀ ਅਤੇ ਰੁੱਖ ਬਨਸਪਤੀ ਦੇ ਜਿੰਨੇ ਵੀ ਪ੍ਰਜਾਤੀਆਂ ਨੇ ਉਹ ਅਸੀਂ ਇਕੱਠੇ ਇਸ ਧਰਤੀ ਦੇ ਉੱਤੇ ਸਰਵਾਈਵ ਕਰਦੇ ਹਾਂ ਅਤੇ ਅਕਾਲ ਪੁਰਖ ਨੇ ਸਾਨੂੰ ਸਾਰਿਆਂ ਨੂੰ ਇੱਕ ਸਾਂਝੀ ਧਰਤੀ ਬਖਸ਼ੀ ਹੈ ਅਤੇ ਇੱਕ ਦੂਜੇ ਦੇ ਉੱਤੇ ਅਸੀਂ ਡਿਪੈਂਡ ਹੋ ਕੇ, ਜਿਸ ਤਰ੍ਹਾਂ ਅਸੀਂ ਆਕਸੀਜਨ ਅੰਦਰ ਲੈਂਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਬਾਹਰ ਛੱਡਦੇ ਹਾਂ ਅਤੇ ਰੁੱਖ ਜਿਹੜੇ ਆ ਉਹ ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਛੱਡਦੇ ਆ। ਇਸੇ ਤਰ੍ਹਾਂ ਸਾਡੀ ਬਾਇਓਡਾਇਵਰਸਿਟੀ ਦੇ ਵਿੱਚ ਅਲੱਗ ਅਲੱਗ ਜੀਵ ਜੰਤੂ ਅਤੇ ਜਿਹੜੇ ਬਨਸਪਤੀ ਦੀਆਂ ਪ੍ਰਜਾਤੀਆਂ ਨੇ ਇੱਕ ਦੂਜੇ 'ਤੇ ਅਸੀਂ ਸਾਰੇ ਡਿਪੈਂਡੈਂਟ ਹਾਂ। ਉਸੇ ਬਾਇਓਡਾਇਵਰਸਿਟੀ ਦੇ ਸੰਬੰਧ ਦੇ ਵਿੱਚ ਅਸੀਂ ਅੱਜ ਜਿਹੜਾ ਇੱਕ ਨਵਾਂ ਪ੍ਰੋਜੈਕਟ ਪੰਜਾਬ ਦੇ ਵਿੱਚ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਬਾਬਤ ਅਸੀਂ ਗੱਲਬਾਤ ਕਰਾਂਗੇ। ਅਤੇ ਜਿਸ ਤਰ੍ਹਾਂ ਭਾਈ ਰਵੀ ਸਿੰਘ ਹੁਣੀ ਸਾਨੂੰ ਖਾਲਸਾ ਸਾਹਿਬ ਦੀਆਂ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਉਹਨਾਂ ਨੂੰ ਲੀਡ ਕਰਦੇ ਆ ਸਾਡੀਆਂ ਸਾਰੀਆਂ ਸੇਵਾਵਾਂ ਨੂੰ, ਅਤੇ ਭਾਈ ਰਵੀ ਸਿੰਘ ਹੁਣੀ ਵੀ ਆਪਣੇ ਜਿੱਦਾਂ ਸਾਡਾ ਜਿਹੜਾ ਖਾਲਸਾ ਸਾਹਿਬ ਦਾ ਹਾਈ ਲੈਵਲ ਪ੍ਰੋਗਰਾਮ ਆ ਇਸ ਬਾਇਓਡਾਇਵਰਸਿਟੀ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਚੱਲਣਾ ਉਹਦੇ ਬਾਬਤ ਭਾਈ ਰਵੀ ਸਿੰਘ ਹੁਣੀ ਚਾਨਣਾ ਪਾਉਣਗੇ। ਅਤੇ ਅਸੀਂ ਫਿਰ ਗੱਲਬਾਤ ਜਿਹੜੀ ਡਿਟੇਲ ਦੇ ਵਿੱਚ ਆ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਉਹਨਾਂ ਨਾਲ ਵੀ ਕਰਾਂਗੇ, ਜੋ ਸਾਨੂੰ ਇਸ ਪ੍ਰੋਜੈਕਟ ਦੇ ਵਿੱਚ ਲੀਡ ਕਰਕੇ ਪੰਜਾਬ ਦੇ ਵਿੱਚ ਅਸੀਂ ਜੋ ਕਰਨਾ ਹੈ ਉਹਦੇ ਬਾਬਤ ਅਸੀਂ ਉਹਨਾਂ ਨਾਲ ਥੋੜ੍ਹੇ ਬਹੁਤ ਸਵਾਲ ਜਵਾਬ ਕਰਾਂਗੇ ਅਤੇ ਉਹ ਸਾਨੂੰ ਜਾਣਕਾਰੀ ਸਾਂਝੀ ਕਰਨਗੇ ਕਿ ਕਿਸ ਤਰ੍ਹਾਂ ਇਹ ਪ੍ਰੋਜੈਕਟ ਜਿਹੜਾ ਪੰਜਾਬ ਦੇ ਵਿੱਚ ਇੰਪਲੀਮੈਂਟ ਹੋਊਗਾ। ਅਤੇ ਸਭ ਤੋਂ ਪਹਿਲਾਂ ਮੈਂ ਭਾਈ ਰਵੀ ਸਿੰਘ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨ ਕਿ ਖਾਲਸਾ ਏਡ ਦਾ ਕੀ ਪਰਪਸ ਆ ਜਿਹੜਾ ਅਸੀਂ ਇਸ ਬਾਇਓਡਾਇਵਰਸਿਟੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਅਸੀਂ ਜਿਹੜਾ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ, ਖਾਲਸਾ ਏਡ ਕਿਸ ਤਰ੍ਹਾਂ ਇਸ ਪ੍ਰੋਜੈਕਟ ਨੂੰ ਹਾਈ ਲੈਵਲ ਦੇ ਉੱਤੇ ਦੇਖਦੀ, ਕਿਸ ਤਰ੍ਹਾਂ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਜੀ ਖਾਲਸਾ ਏਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਸਾਡਾ ਬਚਪਨ ਹੀ ਪੰਜਾਬ 'ਚ ਇੱਕ ਨਿੱਕਾ ਜਿਹਾ ਪਿੰਡ ਹੁਸ਼ਿਆਰਪੁਰ ਦੇ ਕੋਲ ਪਿੰਡ ਆ ਮੁੰਡੀਆਂ ਜੱਟਾਂ, ਅਤੇ ਜਦੋਂ ਵੀ ਹੁਣ ਵਾਪਸ ਚਾਹੀਦਾ ਪੰਜਾਬ ਨੂੰ ਅਤੇ ਦੇਖੀਦਾ ਕਿੱਦਾਂ ਸਾਰਾ ਕੁਛ ਬਦਲ ਗਿਆ। ਜਦੋਂ ਅਸੀਂ ਨਿੱਕੇ ਹੁੰਦੇ ਸੀਗੇ ਉੱਥੇ ਅਮਰੂਦਾਂ ਦੇ ਦਰੱਖਤ ਹੁੰਦੇ ਸੀਗੇ, ਨਿੰਮਾਂ ਦੇ ਦਰੱਖਤ, ਟਾਹਲੀਆਂ, ਕਿੱਕਰ, ਹੋਰ ਵੀ ਕਿੰਨੇ ਤਰ੍ਹਾਂ ਦੇ ਦਰੱਖਤ, ਜਾਮਣ, ਭਈ ਅਸੀਂ ਉਹ ਦਰੱਖਤਾਂ ਨੂੰ ਚੜ੍ਹਨਾ, ਉੱਥੇ ਇਲਤਾ ਕਰਨੀਆਂ ਨਿੱਕਿਆਂ ਨੇ, ਭਈ ਕਹਿ ਲਓ ਭਈ ਸਾਡੇ ਭਈ ਕਿੰਨੇ ਪਿਆਰੇ ਦਰੱਖਤ ਆ, ਦੇਖ ਕੇ ਬੜੀ ਖੁਸ਼ੀ ਹੁੰਦੀ ਸੀਗੀ, ਹਰਿਆਲੀ ਹਰਿਆਲੀ। ਅਤੇ ਹੁਣ ਮੈਂ ਦੇਖਦਾ ਜਾ ਕੇ ਭਈ ਸਪੈਸ਼ਲੀ ਸਾਡੇ ਪਿੰਡ ਵੀ ਆ, ਸਾਰੇ ਪਿੰਡਾਂ ਵਿੱਚ ਵੀ ਬੋੜਾਂ ਵੀ ਕੱਟੀਆਂ ਗਈਆਂ, ਕਈ ਦਰੱਖਤ ਕੱਟੇ ਗਏ, ਕੋਈ ਅੰਬ ਦਾ ਦਰੱਖਤ ਨਹੀਂ ਦਿਸਦਾ, ਕੋਈ ਨਿੰਮ ਦਾ ਦਰੱਖਤ ਨਹੀਂ ਦਿਸਦਾ, ਅਤੇ ਇਹ ਦੇਖ ਕੇ ਬੜਾ ਦੁੱਖ ਲੱਗਦਾ। ਸੋ ਇਹਦੇ ਵਿੱਚ ਅਸੀਂ ਕਾਫੀ ਚਿਰ ਦੀ ਗੱਲ ਕਰਦੇ ਭਾਈ ਹਰਪ੍ਰੀਤ ਸਿੰਘ ਹੋਣਾ ਅਤੇ ਭਾਈ ਅਮਰਪ੍ਰੀਤ ਸਿੰਘ ਪੰਜਾਬ ਵੀ ਗੱਲ ਕਰਦੇ, ਹੋਰ ਵੀ ਆਪਣੇ ਦੋਸਤਾਂ ਨਾਲ ਗੱਲ ਕਰਦੇ ਭਈ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਦਰੱਖਤ ਆ ਉਹ ਵਾਪਸ ਲੈ ਕੇ ਆਈਏ। ਹੁਣ ਕਈ ਸੇਵਾ ਚੱਲਦੀਆਂ ਭਈ ਦਰੱਖਤ ਲਾਉਂਦੇ, ਪਰ ਦਰੱਖਤ ਬਾਹਰੋਂ ਆਉਂਦੇ ਕਈ, ਸੋ ਪੰਜਾਬ ਦੇ ਦਰੱਖਤ ਨਹੀਂ ਗਏ। ਸੋ ਅਸੀਂ ਫਿਰ ਡਾਕਟਰ ਸਾਹਿਬ ਉਹਨਾਂ ਨਾਲ ਮਿਲ ਗਿਲ ਕੀਤੀ ਅਤੇ ਇਹਨਾਂ ਦਾ ਪੈਸ਼ਨ ਵੀ ਬਹੁਤ ਇਹਦੇ ਵਿੱਚ ਹੈਗਾ ਅਤੇ ਨਾਲ ਇਹਨਾਂ ਦਾ ਐਕਸਪੀਰੀਅੰਸ ਵੀ ਬਹੁਤ ਆ। ਸੋ ਅਸੀਂ ਇਹਨਾਂ ਦਾ ਐਕਸਪੀਰੀਅੰਸ ਅਤੇ ਜੋ ਇਹਨਾਂ ਦਾ ਪੈਸ਼ਨ ਆ, ਜੋ ਪਿਆਰ ਆ ਪੰਜਾਬ ਲਈ, ਦਰੱਖਤਾਂ ਲਈ, ਕੁਦਰਤ ਲਈ, ਉਹ ਅਸੀਂ ਹੁਣ ਦੇਖਦੇ ਪਈ ਕਿੱਦਾਂ ਪੰਜਾਬ ਦੇ ਵਿੱਚ ਅਸੀਂ ਇੱਕ ਅਸੀਂ ਇਹ ਕਦਮ ਚੱਕ ਸਕਦੇ ਹਾਂ ਭਈ ਪੰਜਾਬ ਦੀ ਹਰਿਆਲੀ ਨੂੰ, ਦਰੱਖਤਾਂ ਨੂੰ ਬਚਾਉਣ ਲਈ। ਸੋ ਇਹਦੇ ਵਿੱਚ ਹਰਪ੍ਰੀਤ ਸਿੰਘ ਜੀ ਅਸੀਂ ਤੁਹਾਡੇ ਵੀ ਧੰਨਵਾਦੀ, ਕਿਉਂਕਿ ਮੈਨੂੰ ਪਤਾ ਵੀ ਤੁਸੀਂ ਵੀ ਬਹੁਤ ਚਿਰ ਦੇ ਸੋਚਦੇ ਆ ਭਈ ਜਿਹੜੇ ਪੰਜਾਬ ਦੇ ਅਸਲੀ ਓਰਿਜਿਨਲ ਦਰੱਖਤ ਆ ਉਹ ਵਾਪਸ ਆਉਣ।
ਸੋ ਇਹਦੇ ਵਿੱਚ ਅਸੀਂ ਅਸੀਂ ਧੰਨਵਾਦੀ ਤੁਹਾਡੇ ਸਾਰਿਆਂ ਦਾ ਭਈ ਤੁਸੀਂ ਇਹ ਮੂਹਰੇ ਕਦਮ ਚੱਕਣ ਨੂੰ ਤਿਆਰ ਆ। ਸਪੈਸ਼ਲੀ ਡਾਕਟਰ ਸਾਹਿਬ ਹੁਣ ਆਪਣਾ ਟਾਈਮ ਬਹੁਤ ਕੱਢਦੇ ਆ ਵਿੱਚੋਂ, ਅਤੇ ਅਸੀਂ ਇੱਕ ਹੁਣ ਤਜਰਬਾ ਜਿਹਾ ਬਣਾਉਣਾ ਭਈ ਉਹਦੇ ਵਿੱਚ ਸਾਨੂੰ ਪੰਜਾਬ ਦੀ ਸੰਗਤ ਦੀ ਲੋਕਾਂ ਦੀ ਬਹੁਤ ਲੋੜ ਆ। ਸੋ ਇਹ ਤੁਹਾਨੂੰ ਭਾਈ ਹਰਪ੍ਰੀਤ ਸਿੰਘ ਹੋਣੀ ਅਤੇ ਭਾਈ ਡਾਕਟਰ ਸਾਹਿਬ ਹੋਣੀ ਤੁਹਾਨੂੰ ਸਮਝਾ ਦੂਗੇ, ਪਰ ਕਦਮ ਕੋਈ ਨਾ ਕੋਈ ਚੱਕਣਾ ਪੈਣਾ ਹੀ ਆ ਜੇ ਤੁਸੀਂ ਪੰਜਾਬ ਬਚਾਉਣਾ। ਹੁਣ ਕਈ ਵਾਰੀ ਅਸੀਂ ਗੱਲਾਂ 'ਚ ਰਹਿ ਜਾਂਦੇ ਹਾਂ, ਡਿਬੇਟਾਂ 'ਚ ਰਹਿ ਜਾਂਦੇ ਹਾਂ, ਇਹਦੇ ਵਿੱਚ ਹੁਣ ਇਲੈਕਸ਼ਨ ਵੀ ਹੋਣ ਲੱਗ ਪਈ, ਕਈ ਵਾਅਦੇ ਵੀ ਤੁਹਾਨੂੰ ਕਰੂੰਗੇ ਆ ਕੇ ਪੋਲੀਟੀਸ਼ੀਅਨ, ਪਰ ਤੁਹਾਨੂੰ ਪਤਾ ਸਾਡੇ ਬਾਰੇ ਅਸੀਂ ਨਾ ਕੋਈ ਝੂਠੇ ਵਾਅਦੇ ਲਾਉਂਦੇ, ਨਾ ਕੋਈ ਇਹ ਕੋਈ ਪਲਾਨ ਬਣਾਉਂਦੇ ਜੇ ਕੋਈ ਨਹੀਂ ਕੰਮ ਕਰਨਾ। ਸਾਡਾ ਕੋਈ ਨਾ ਕੋਈ ਇਲੈਕਸ਼ਨ ਦਾ ਕੰਮ ਆ, ਨਾ ਕੋਈ ਪਾਵਰ, ਨਾ ਕੋਈ ਕੁਰਸੀ ਦਾ, ਬਸ ਪੰਜਾਬ ਦੇ ਪਿਆਰ ਨਾਲ ਹੀ ਆ। ਸੋ ਤੁਹਾਡਾ ਬਹੁਤ ਧੰਨਵਾਦ ਹਰਪ੍ਰੀਤ ਸਿੰਘ ਜੀ, ਥੈਂਕ ਯੂ ਤੁਹਾਡੇ ਟਾਈਮ ਦਾ। ਹੁਣ ਮੇਰੇ ਖਿਆਲ ਡਾਕਟਰ ਸਾਹਿਬ ਨੇ ਮੜ ਜਾ ਸਮਾਂ ਲੈ ਲੈਂਦੇ। ਹਾਂਜੀ ਡਾਕਟਰ ਸਾਹਿਬ ਨਾਲ ਮੈਂ ਹੋਈ ਬੇਨਤੀ ਕਰਨੀ ਹੈ ਕਿ ਮੈਂ ਜਿਸ ਤਰ੍ਹਾਂ ਉਸ ਕੁਛ ਸਵਾਲ ਅਸੀਂ ਕੱਲ੍ਹ ਵੀ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਸੀਗੀ, ਉਹ ਸਵਾਲ ਅਸੀਂ ਇੱਕ ਇੱਕ ਕਰਕੇ ਪੁੱਛੇ ਜਾਵਾਂਗੇ, ਫਿਰ ਡਾਕਟਰ ਸਾਹਿਬ ਉਹਨੂੰ ਉਹਦਾ ਆਪਣੇ ਐਕਸਪੀਰੀਅੰਸ ਅਤੇ ਆਪਣੀ ਨੌਲੇਜ ਦੇ ਨਾਲ ਜਿਹੜਾ ਉਹ ਜਵਾਬ ਦਿੰਦੇ ਰਹਿਣਗੇ। ਡਾਕਟਰ ਸਾਹਿਬ ਮੈਂ ਤੁਹਾਡਾ ਸਵਾਗਤ ਹੈ ਜੀ, ਪਹਿਲਾਂ ਤਾਂ ਫਤਿਹਗੜ੍ਹ ਸਾਂਝ ਕਰਦੇ, ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਪਹਿਲਾ ਸਵਾਲ ਮੈਂ ਡਾਕਟਰ ਸਾਹਿਬ ਇਹ ਤੁਹਾਨੂੰ ਥੋੜ੍ਹਾ ਜਿਹਾ ਪੁੱਛਣਾ ਚਾਹੁੰਦਾ ਹੈ ਕਿ ਆਪਾਂ ਕਿਉਂਕਿ ਗੱਲਬਾਤ ਥੋੜ੍ਹੀ ਜਿਹੀ ਛੋਟੀ ਰੱਖਣੀ ਚਾਹੁੰਦੇ ਹਾਂ, ਫਿਰ ਡਾਕਟਰ ਸਾਹਿਬ ਨੂੰ ਵੈਸੇ ਤਾਂ ਕਾਫੀ ਜਿਹੜੇ ਵਾਤਾਵਰਨ ਪ੍ਰੇਮੀ ਜਾਣਦੇ ਆ, ਡਾਕਟਰ ਸਾਹਿਬ ਨੇ ਕਾਫੀ ਇਸ ਸੀਰੀਜ਼ ਵਿੱਚ ਕੰਮ ਕੀਤਾ ਹੈ, ਅਤੇ ਡਾਕਟਰ ਸਾਹਿਬ ਜੇ ਤੁਸੀਂ ਥੋੜ੍ਹੀ ਜਿਹੀ ਸੰਖੇਪ ਆਪਣੇ ਬਾਰੇ ਮਾੜੀ ਜਿਹੀ ਜਾਣਕਾਰੀ ਦੇ ਕੇ, ਅਤੇ ਬਾਇਓਡਾਇਵਰਸਿਟੀ ਜਿਹੜਾ ਟਰਮ ਹੈਗੀ ਹੈ ਜੈਵ ਵਿਭਿੰਨਤਾ, ਇਹਨੂੰ ਥੋੜ੍ਹਾ ਜਿਹਾ ਲੇਮਨ ਟਰਮ ਦੇ ਵਿੱਚ ਥੋੜ੍ਹਾ ਜਿਹਾ ਸ਼ੋਰਟ ਦੇ ਵਿੱਚ ਸਮਝਾ ਦਿਓ ਕਿ ਕਿਸ ਤਰ੍ਹਾਂ ਹੁੰਦੀ ਹੈ ਜੀ। ਜਿਸ ਤਰ੍ਹਾਂ ਤੁਸੀਂ ਮੇਰੀ ਗੱਲ ਕੀਤੀ ਜੀ ਇੰਟਰੋਡਕਸ਼ਨ ਦੀ, ਮੇਰਾ ਨਾਮ ਡਾਕਟਰ ਬਲਵਿੰਦਰ ਲੱਖੇਵਾਲੀ ਹੈ, ਮੈਂ PAU ਤੋਂ ਪਾਸ ਆਊਟ ਹਾਂ ਜੀ, ਡਾਕਟਰੇਟ ਕੀਤੀ ਹੋਈ ਹੈ, ਅਤੇ ਪਿਛਲੇ 15 ਸਾਲ ਤੋਂ ਪੰਜਾਬ ਦੇ ਖਾਸ ਤੌਰ 'ਤੇ ਵਿਰਾਸਤੀ ਰੁੱਖਾਂ 'ਤੇ ਹੀ ਕੰਮ ਕਰ ਰਿਹਾ, ਵੀ ਉਹਨੂੰ ਕਿੱਦਾਂ ਅਸੀਂ ਜਿਹੜਾ ਖਤਮ ਹੋ ਰਹੇ ਆ, ਜਿਹੜੇ ਇੰਸਟਿੰਕਟ ਹੋ ਰਹੇ ਆ, ਤਾਂ ਉਹਨਾਂ ਨੂੰ ਅਸੀਂ ਕਿੱਦਾਂ ਪੰਜਾਬ ਦੀ ਧਰਤੀ 'ਤੇ ਵਾਪਸ ਲਿਆ ਸਕਦੇ, ਉਹਨਾਂ ਦੀ ਪ੍ਰੋਪੀਗੇਸ਼ਨ ਕਿੱਦਾਂ ਕੀਤੀ ਜਾ ਸਕਦੀ ਹੈ, ਉਹਨਾਂ ਦੀ ਪ੍ਰੋਪੀਗੇਸ਼ਨ ਕਰਨ ਤੋਂ ਬਾਅਦ ਅਸੀਂ ਕਿੱਦਾਂ ਉਹਨਾਂ ਦੀ ਸਰਵਾਈਵਲ ਰੇਟ 'ਤੇ ਕੰਮ ਕਰ ਰਹੇ ਹਾਂ ਬੇਸਿਕਲੀ, ਕਿਉਂਕਿ ਮੇਨ ਇਸ਼ੂ ਸਾਡੇ ਸਰਵਾਈਵਲ ਰੇਟ ਦਾ। ਅਤੇ ਜਿਹੜੀ ਦੂਸਰੀ ਗੱਲ ਤੁਸੀਂ ਬਾਈ ਸਾਹਿਬ ਜੀ ਕੀਤੀ ਹੈ ਕਿ ਬਾਇਓਡਾਇਵਰਸਿਟੀ ਦਾ ਜਿਹੜਾ ਸਿੰਪਲ ਕੀ ਹੈ ਤਰਜਮਾ ਕਹਿ ਲਈਏ ਆਮ ਨੇਮ ਐਂਡ ਦੇ ਲਈ, ਤਾਂ ਇਹ ਜੈਵਿਕ ਵਿਭਿੰਨਤਾ ਕੀ ਹੈ ਕਿ ਇਸ ਧਰਤੀ 'ਤੇ ਜਿੱਦਾਂ ਨਾ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ 84 ਮੇਦਰੀ ਤੁਝ ਹੀ ਤੇ ਹੋਈ, ਤਾਂ ਮੈਂ ਇਹ ਹਮੇਸ਼ਾ ਇਹ ਐਗਜ਼ਾਮਪਲ ਗੁਰੂ ਸਾਹਿਬ ਦੀ ਤੁਕ ਨਾਲ ਕੋਟ ਕਰਦਾ ਹੁੰਦਾ ਕਿ ਇਹ ਜਿਹੜੀ ਧਰਤ ਹੈ 84 ਲੱਖ ਜੂਨਾਂ ਦੀ ਸਾਂਝੀ ਹੈ, ਇੱਕ ਛੋਟੇ ਜਿਹੇ ਮਾਈਕਰੋ ਔਰਗੈਨਿਜ਼ਮ ਤੋਂ ਲੈ ਕੇ ਹਾਥੀ ਤੱਕ, ਜੇ ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਹਵਾ 'ਚ ਉੱਡਦੀਆਂ ਛੋਟੀਆਂ ਜਿਹੀਆਂ ਚਿੜੀਆਂ ਤੋਂ ਲੈ ਕੇ ਬਾਜਾਂ ਇਹਨਾਂ ਤੱਕ, ਪਾਣੀ ਦੇ ਵਿੱਚ ਇੱਕ ਛੋਟੇ ਪੂਲ ਤੋਂ ਲੈ ਕੇ ਵੇਲ ਮੱਛੀ ਤੱਕ, ਤਾਂ ਇਹ ਸਾਰਾ ਸੰਸਾਰ ਸਾਡਾ ਆਪਸ ਦੇ ਵਿੱਚ ਜੁੜਿਆ ਹੋਇਆ, ਕੋਈ ਖੁਰਾਕ ਆ ਰਹੀ ਹੈ, ਕੋਈ ਮਤਲਬ ਸਾਡੀਆਂ ਜਿੰਨੀਆਂ ਮੁੱਢਲੀਆਂ ਲੋੜਾਂ ਨੇ, ਜਿੰਨੀਆਂ ਵੀ ਧਰਤ 'ਤੇ ਜੀਵ ਜੰਤੂ ਰਹਿੰਦੇ ਆ ਨਾਟ ਹਿਊਮਨ ਓਨਲੀ, ਸਾਰਿਆਂ ਨੂੰ ਸਾਨੂੰ ਹਵਾ ਚਾਹੀਦੀ ਆ, ਸਾਰਿਆਂ ਨੂੰ ਸਾਨੂੰ ਪਾਣੀ ਚਾਹੀਦਾ, ਸਾਰਿਆਂ ਨੂੰ ਸਾਨੂੰ ਭੋਜਨ ਚਾਹੀਦਾ ਅਤੇ ਰਹਿਣ ਲਈ ਥਾਂ ਚਾਹੀਦੀ ਆ, ਇਹ ਸਾਰਿਆਂ ਦਾ ਸੁਮੇਲ ਹੀ ਬਾਇਓਡਾਇਵਰਸਿਟੀ ਆ। ਅਤੇ ਪਿਛਲੇ ਕੁਛ ਸਮੇਂ ਦੌਰਾਨ ਜਿਹਨੂੰ ਅਸੀਂ ਵਿਕਾਸ ਦਾ ਨਾਂ ਦਿੱਤਾ, ਅਸੀਂ ਵਿਨਾਸ਼ ਕਰਦਿਆਂ ਕਰਦਿਆਂ, ਜਿਹੜੀ ਬਾਬੇ ਨਾਨਕ ਦੀ ਇਹ ਧਰਤ ਹੈ, ਹੁਣ ਇਹ ਹੈ ਕਿ ਸਾਡੀ ਹਵਾ ਵੀ ਪਲੀਤ ਹੈ, ਸਾਡੇ ਪਾਣੀ ਵੀ ਪਲੀਤ ਨੇ, ਸਾਡੀ ਧਰਤ ਨੂੰ ਅਸੀਂ ਕੂੜੇਦਾਨ ਦਾ ਰੂਪ ਬਣਾ ਦਿੱਤਾ, ਅਤੇ ਜਿਹੜਾ ਸਾਡਾ ਭੋਜਨ ਹੈ ਜਿਹੜਾ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਂਦੇ ਹਾਂ, ਉਹ ਵੀ ਸਾਡਾ ਅਸ਼ੁੱਧ ਹੋ ਗਿਆ, ਸਾਡੇ ਕੋਲ ਮਤਲਬ ਕੁਛ ਵੀ ਸਾਫ਼ ਸੁਥਰਾ ਬਹੁਤ ਘੱਟ ਬਚਿਆ ਹੋਇਆ। ਤਾਂ ਇਹ ਜਦੋਂ ਅਸੀਂ ਪ੍ਰੋਬਲਮਾਂ ਦੀ ਡਿਸਕਸ ਕਰਦੇ ਹਾਂ ਤਾਂ ਬਹੁਤ ਲੰਬੀਆਂ ਡਿਸਕਸ਼ਨ ਲੋਕ ਕਰ ਲੈਂਦੇ ਆ, ਅਤੇ ਜਦੋਂ ਅਸੀਂ ਸਲਿਊਸ਼ਨ ਦੀ ਗੱਲ ਕਰਨੀ ਚਾਹੀਦੀ ਆ, ਤਾਂ ਸਲਿਊਸ਼ਨ ਕੀ ਆ ਇਸ ਜਿਹੜੀ ਜੈਵਿਕ ਵਿਭਿੰਨਤਾ ਦਾ ਜਿਹੜਾ ਜੋ ਵਿਗੜ ਗਿਆ ਹੈ ਨਾ, ਤਾਂ ਜਿੱਦਾਂ ਐਨੀਮਲ ਕੰਫਲਿਕਟ ਵੱਧ ਗਏ ਆ, ਬਹੁਤ ਜ਼ਿਆਦਾ ਜਿਹੜੀਆਂ ਹਿਊਮਨ ਨੂੰ ਡਿਜ਼ੀਜ਼ ਨੇ ਉਹ ਐਨੀਮਲਸ ਵਾਲੀਆਂ ਆਉਣ ਲੱਗ ਗਈਆਂ ਨੇ, ਉਹਦਾ ਰੀਜ਼ਨ ਇਹ ਹੈ ਕਿ ਹੈਬੀਟੈਟ ਲੋਸ ਹੋ ਗਿਆ। ਤਾਂ ਹੈਬੀਟੈਟ ਲੋਸ ਕੀ ਹੈ ਜੀ, ਕਿ ਜਿੰਨੇ ਵੀ ਜਿੱਦਾਂ ਮੈਂ ਜੀਵ ਜੰਤੂਆਂ ਦੀ ਗੱਲ ਕੀਤੀ ਹੈ ਮਾਈਕਰੋ ਔਰਗੈਨਿਜ਼ਮ ਤੋਂ ਲੈ ਕੇ ਵੱਡੇ ਤੱਕ, ਤਾਂ ਉਹ ਸਾਰੇ ਹੈਬੀਟੈਟ ਉਹਨਾਂ ਦਾ ਇਹੀ ਜਿਹੜੇ ਪੌਣ ਪਾਣੀਆਂ ਦੇ ਵਿੱਚ ਖੜੇ ਹੋਏ ਰੁੱਖ ਪੌਦੇ, ਚਾਹੇ ਉਹ ਈਵਨ ਪਾਣੀ ਦੇ ਵਿੱਚ ਵੀ ਪਲਾਂਟਸ ਨੇ, ਹਵਾ ਦੇ ਵਿੱਚ ਵੀ ਪਲਾਂਟਸ ਨੇ, ਧਰਤੀ ਦੇ ਉੱਪਰ ਵੀ ਪਲਾਂਟਸ ਨੇ, ਤੇ ਧਰਤੀ ਦੇ ਅੰਦਰ ਵੀ ਪਲਾਂਟਸ ਦਾ ਨੈਟਵਰਕ ਆ, ਤੇ ਉਹ ਹੈਬੀਟੈਟ ਅਸੀਂ ਲੋਸ ਕਰਤਾ। ਹੁਣ ਜੇ ਉਹ ਜੀ ਹਾਂਜੀ ਮੈਂ ਮੇਰਾ ਕੁਐਸਚਨ ਅਗਲਾ ਇਹੀ ਸੀਗਾ ਵੀ ਜਿਹੜਾ ਪੰਜਾਬ ਦੇ ਵਿੱਚ ਸਾਡਾ ਹੈਬੀਟੈਟ ਲੋਸ ਹੋ ਗਿਆ ਆ,
ਤੇ ਉਹਦੇ ਬਾਰੇ ਤੁਸੀਂ ਜਿੱਦਾਂ ਉਹਨੂੰ ਆਪਣੇ जी ਪ੍ਰੋਜੈਕਟ ਦੇ ਨਾਲ ਜਿਹੜਾ ਆਪਣਾ ਆਪਾਂ ਖਾਲਸਾ ਐਡ ਵੱਲੋਂ ਲਾਂਚ ਕਰਨਾ ਆ ਤੇ ਉਹਦੇ ਬਾਰੇ ਆਪਾਂ ਕਿੱਦਾਂ ਜੋੜ ਸਕਦੇ ਹਾਂ ਤੁਸੀਂ ਉਹ ਜਿੱਦਾਂ ਹੈਬਿਟੇਟ ਬਾਰੇ ਤਾਂ ਦੱਸ ਹੀ ਦਿੱਤਾ ਤੁਸੀਂ ਹਾਂਜੀ ਤੇ ਉਹ ਹੈਬਿਟੇਟ ਜੀ ਲੌਸ ਕਿੰਨਾ ਕੁ ਲੌਸ ਹੋ ਗਿਆ ਇਹ ਦੱਸਿਓ ਇੱਕ ਤਾਂ ਤੇ ਦੂਜਾ ਅਸੀਂ ਪੰਜਾਬ ਦੇ ਜੀ ਵਿੱਚ ਜਿਹੜਾ ਸਾਡਾ ਪ੍ਰੋਜੈਕਟ ਹੈਗਾ ਆ ਉਹ ਅਸੀਂ ਕਿਸ ਕਿਸ ਤਰ੍ਹਾਂ ਦੇ ਜਿਹੜੇ ਟ੍ਰੀ ਜਿਹੜੇ ਹੈਗੇ ਆ ਉਹ ਅਸੀਂ ਪੰਜਾਬ ਦੇ ਵਿੱਚ ਲਾਉਣ ਜਾ ਰਹੇ ਹਾਂ ਤੇ ਉਹ जी ਪੰਜਾਬ ਦੀ ਜਿਹੜੇ ਆਮ ਲੋਕ ਹੈਗੇ ਜਾਂ ਪੰਜਾਬ ਹੈਗਾ ਉਹਨੂੰ ਕਿਸ ਤਰ੍ਹਾਂ ਹੈਲਪ ਕਰਨਗੇ ਜੀ। ਜੀ ਇਹਦੇ ਚ ਨਾ ਭਾਈ ਜਿੱਦਾਂ ਤੁਸੀਂ ਹੈਬੀਟੇਟ ਲੋਸ ਦੀ ਗੱਲ ਕੀਤੀ ਕਿ ਜਿਹੜੇ ਸਾਡੇ ਰੁੱਖ ਪੌਦੇ ਸੀਗੇ ਜਦੋਂ ਮੇਨਲੀ ਜਨਰਲੀ ਦੋ ਦੋ ਤਰ੍ਹਾਂ ਦੋ ਕ੍ਰਾਈਟੀਰੀਆ ਸਾਡੇ ਕੋਲੇ, ਇੱਕ ਅਸੀਂ ਫੋਰੈਸਟ ਕਵਰ ਕਹਿੰਦੇ ਹਾਂ ਜਿਹੜਾ ਜੰਗਲੀ ਰੂਪ ਚ ਪੌਦੇ ਸਾਡੇ ਕਿਸੇ ਵੀ ਸਟੇਟ ਚ ਮੌਜੂਦ ਹੁੰਦੇ ਆ, ਇੱਕ ਟ੍ਰੀ ਕਵਰ ਉਹ ਮਤਲਬ ਕਿਤੇ ਵੀ ਸਾਡੇ ਅਰਬਨ ਏਰੀਆ ਚ ਲੱਗੇ ਵੀ ਹੋਏ ਹੋ ਸਕਦੇ ਆ। ਇਹ ਦੋਨਾਂ ਦਾ ਲਾਸ ਹੋ ਕੇ ਜਿਹੜੀ ਓਵਰਆਲ ਸਾਡੇ ਕੋਲ ਫਿਗਰ 6% ਦੇ ਲਾਗੇ ਛਾਗੇ ਆ ਅਸੀਂ ਜਿੱਥੇ ਹੈਗੇ ਬੈਠੇ ਹੋਏ, ਤਾਂ ਲਾਸ ਤਾਂ ਬਹੁਤ ਜ਼ਿਆਦਾ ਹੋ ਚੁੱਕਿਆ। ਹੁਣ ਉਹਦਾ ਕੀ ਹੈ ਕਿ ਜਦੋਂ ਇਹਦਾ ਜਿੱਦਾਂ ਮੈਂ ਸੋਲੂਸ਼ਨ ਦੀ ਗੱਲ ਕੀਤੀ ਸੀ, ਤੁਸੀਂ ਕਿਹਾ ਕਿ ਲੋਕ ਅਸੀਂ ਕਨੈਕਟ ਕਿੱਦਾਂ ਕਰਨਾ ਉਸ ਚੀਜ਼ ਦਾ, ਤਾਂ ਸਾਨੂੰ ਸਭ ਨੂੰ ਪਤਾ ਕਿ ਪਹਿਲਾਂ ਪਿੰਡਾਂ ਦੇ ਵਿੱਚ ਚਿੜੀਆਂ ਹੁੰਦੀਆਂ ਸੀ, ਇੱਕ ਤਰ੍ਹਾਂ ਦੇ ਮਿੰਨੀ ਫੋਰੈਸਟ ਹੁੰਦੇ ਸੀ, ਚਿੜੀਆਂ ਹੁੰਦੀਆਂ ਸੀ, ਜਿਹੜੀਆਂ ਚਿੜੀਆਂ ਸਾਰੇ ਜੀਵ ਜੰਤੂਆਂ ਦਾ ਰਹਿਣ ਬਸੇਰਾ ਹੁੰਦਾ ਸੀ, ਤੇ ਮਨੁੱਖਾਂ ਦੇ ਲਈ ਵੀ ਕਿਸੇ ਦੇ ਸੱਟ ਵੱਜ ਗਈ, ਉਹਨੂੰ ਅੱਕ ਦੇ ਪੱਤੇ ਚਾਹੀਦੇ ਆ, ਕਿਸੇ ਨੇ ਦਾਤਣ ਕਰਨੀ ਆ, ਨਿੰਮ ਲਿਆਇਆ ਆ, ਹੈ ਤਾਂ ਜਾਂ ਕਿਸੇ ਨੇ ਅਚਾਰ ਪਾਉਣਾ ਡੇਲਿਆਂ ਦਾ ਉੱਥੋਂ ਕਰੀਰਾਂ ਤੋਂ ਉਹ ਤੋੜ ਲਿਆ ਆ, ਤਾਂ ਸਾਰੀਆਂ ਚੀਜ਼ਾਂ ਆਲਮੋਸਟ ਹਰ ਪਿੰਡ ਦੇ ਵਿੱਚ ਝਿੜੀ ਮੌਜੂਦ ਹੁੰਦੀ ਸੀ ਔਰ ਉੱਥੇ ਕੋਈ ਛੇੜਛਾੜ ਨਹੀਂ ਕਰਦਾ ਸੀ। ਤੇ ਲਾਸਟ ਪਿਛਲੇ ਕਾਫੀ 50-100 ਸਾਲਾਂ ਚ ਇੰਨੀ ਜ਼ਿਆਦਾ ਡਿਵੈਲਪਮੈਂਟ ਹੋਈ ਕਿ ਉਹ ਜਿਹੜੀਆਂ ਝਿੜੀਆਂ ਸੀਗੀਆਂ ਜਾਂ ਤਾਂ ਉਹ ਖਤਮ ਹੋ ਗਈਆਂ, ਜਾਂ ਜੇ ਉਹ ਹੈ ਬਚੀਆਂ ਵੀ ਹੋਈਆਂ ਨੇ ਤੇ ਉਹਦੇ ਵਿੱਚ ਜਿਹੜੀਆਂ ਕੁਛ ਇਨਵੇਸਿਵ ਸਪੀਸੀਜ਼ ਨੇ ਜਿੱਦਾਂ ਪਹਾੜੀ ਕਿੱਕਰ ਆ, ਹਨਾ, ਜੋ ਪੰਜਾਬ ਦੇ ਵਿੱਚ ਜਿੰਨੀਆਂ ਵੀ ਵਾਈਲਡ ਲਾਈਫ ਸੈਂਚਰੀਜ਼ ਨੇ, ਕਹਿਣ ਨੂੰ ਉਹਨਾਂ ਦਾ ਏਰੀਆ ਬਹੁਤ ਆ ਪਰ ਉੱਥੇ ਸਾਰੀਆਂ ਹੀ ਸਾਡੀਆਂ ਜਿਹੜੀ ਇਨਵੇਸਿਵ ਸਪੀਸੀਜ਼ ਨੇ, ਪਹਾੜੀ ਕਿੱਕਰ ਨੇ ਸਾਰਾ ਉਹ ਖਤਮ ਕਰਤਾ। ਤਾਂ ਆਪਣਾ ਇਹ ਜਿਹੜਾ ਪ੍ਰੋਜੈਕਟ ਆ, ਜਿੱਦਾਂ ਆਪਾਂ ਨਾਂ ਵੀ ਬਾਬੇ ਨਾਨਕ ਦੀ ਝਿੜੀ ਸਦੀਵੀ ਲੰਗਰ ਰੱਖਿਆ, ਤਾਂ ਝਿੜੀ ਦਾ ਮਤਲਬ ਕੀ ਹੈ ਕਿ ਆਪਾਂ ਜਿਹੜੀਆਂ ਜਿੱਦਾਂ ਰਵੀ ਭਾਈ ਸਾਹਿਬ ਜੀ ਨੇ ਕਿਹਾ ਸੀਗਾ ਕਿ ਵੀ ਜਦੋਂ ਛੋਟੇ ਹੁੰਦੇ ਸੀ ਖੇਡਦੇ ਹੁੰਦੇ ਸੀਗੇ, ਤਾਂ ਉਹ ਅਸੀਂ ਉਹੀ ਮਾਹੌਲ ਜਦੋਂ ਅਸੀਂ ਜਿਹੜੀਆਂ ਨਵੀਂ ਜਨਰੇਸ਼ਨ ਨੂੰ ਜੇ ਦੇਣਾ ਵੀ ਕਦੇ ਉਹ ਜਾਮਣਾ ਖਾ ਰਹੇ ਆ, ਕਦੇ ਉਹ ਤੂਤੀਆਂ ਖਾ ਰਹੇ ਆ, ਕਦੇ ਮਸੂੜੀਆਂ ਖਾ ਵੀ ਰਹੇ ਆ, ਉਹਦੇ ਨਾਲ ਕਿਤਾਬਾਂ ਜੋੜ ਰਹੇ ਆ, ਹੈ ਨਾ, ਤਾਂ ਉਹ ਚੀਜ਼ਾਂ ਜੇ ਅਸੀਂ ਪ੍ਰੋਵਾਈਡ ਕਰਨੀਆਂ ਤਾਂ ਸਾਨੂੰ ਇੱਕ ਸਪੇਸ ਚਾਹੀਦਾ ਜਿੱਥੇ ਅਸੀਂ ਉਹ ਝਿੜੀਆਂ ਕ੍ਰੀਏਟ ਕਰ ਸਕੀਏ। ਤਾਂ ਇਹ ਇਸ ਕਰਕੇ ਇਹਦਾ ਨਾਂ ਇੱਕ ਤਾਂ ਝਿੜੀ ਰੱਖਿਆ ਆਪਾਂ ਬਾਬੇ ਨਾਨਕ ਦੀ ਝਿੜੀ, ਔਰ ਸਦੀਵੀ ਲੰਗਰ, ਸਦੀਵੀ ਲੰਗਰ ਜਿਵੇਂ ਸਦੀਵੀ ਲੰਗਰ ਕੀ ਹੈ ਕਿ ਇੱਕ ਅਸੀਂ ਲੰਗਰ ਲਾਉਣੇ ਆ, ਅਸੀਂ ਕੋਈ ਪ੍ਰਸ਼ਾਦਾ ਛਕਾਉਣੇ ਆ ਸੰਗਤ ਨੂੰ ਜਾਂ ਹੋਰ ਵੀ ਆ, ਇਹ ਜਿਹੜਾ ਉਹ ਸਦੀਵੀ ਲੰਗਰ ਹੋਗਾ ਵੀ ਜਦੋਂ ਅਸੀਂ ਇੱਕ ਏਕੜ ਦੇ ਵਿੱਚ ਅਸੀਂ ਵੱਖ ਵੱਖ ਤਰ੍ਹਾਂ ਦੇ ਰੁੱਖ ਬੂਟੇ ਲਾ ਦੇ, ਉਹਨਾਂ ਨੇ ਸ਼ੁੱਧ ਹਵਾ ਵੀ ਦੇਣੀ ਹੈ ਜਿਹੜਾ ਕਿ ਸਾਰੇ ਜੀਵ ਜੰਤੂਆਂ ਲਈ ਮਨੁੱਖਾਂ ਲਈ ਆ, ਹੁਣ ਆਕਸੀਜਨ ਦਾ ਸਾਰਿਆਂ ਨੂੰ ਪਤਾ ਕੀ ਹਾਲ ਹੋਇਆ, ਤੇ ਸਾਡਾ ਅਸੀਂ ਇੱਕ ਤਰ੍ਹਾਂ ਦਾ ਸਦੀਵੀ ਲੰਗਰ ਲਾਊਗਾ, ਜਿਹੜਾ ਵੀ ਸੱਜਣ ਇਹਦੇ ਵਿੱਚ ਪੂਲ ਕਰੂਗਾ, ਚਾਹੇ ਉਹ ਆਪਣੀ ਜਗ੍ਹਾ ਦੇ ਰਿਹਾ ਜਾਂ ਕਿਸੇ ਵੀ ਤਰੀਕੇ ਨਾਲ ਪੂਲ ਕਰ ਰਿਹਾ। ਫਿਰ ਸੈਕਿੰਡ ਕੀ ਹੈ ਕਿ ਉਸ ਤੋਂ ਬਾਅਦ ਪਾਣੀ ਆ, ਸਭ ਦੀ ਲੋੜ ਸਾਡੀ ਪਾਣੀ ਆ, ਔਰ ਪਾਣੀ ਦਾ ਜਿਹੜਾ ਸਰਕਲ ਆ ਉਹ ਵੀ ਜਿਹੜਾ ਫੋਰੈਸਟ ਕਵਰ ਨਾਲ ਹੀ ਚੱਲਦਾ ਥਰੂ ਆਊਟ ਗਲੋਬ, ਜਿੰਨੇ ਜ਼ਿਆਦਾ ਜਿੱਥੇ ਰੁੱਖ ਪੌਦੇ ਹੁੰਦੇ ਆ ਉੱਥੇ ਪਾਣੀ ਦਾ ਸਰਕਲ ਬੈਟਰ ਹੁੰਦਾ। ਤੀਸਰਾ ਸਾਨੂੰ ਭੋਜਨ ਚਾਹੀਦਾ, ਔਰ ਭੋਜਨ ਇਕੱਲਾ ਸਾਨੂੰ ਨਹੀਂ ਚਾਹੀਦਾ ਜੀਵ ਜੰਤੂਆਂ ਨੂੰ ਵੀ ਚਾਹੀਦਾ। ਉਸੋ ਇਹ ਸਾਰਾ ਕੁਛ ਉਹ ਪਲਾਨ ਜਦੋਂ ਅਸੀਂ ਉਸ ਝਿੜੀ ਕਿਸੇ ਵੀ ਜਗ੍ਹਾ ਅਸੀਂ ਝਿੜੀਆਂ ਸਟੈਬਲਿਸ਼ ਕਰਾਂਗੇ ਵੱਖ ਵੱਖ ਕਿਸਮਾਂ ਦੇ ਜਿਹੜੇ ਉਹਨਾਂ ਦੇ ਵਿੱਚ ਮੇਨਲੀ ਜਿਹੜੇ ਨੇਟਿਵ ਟ੍ਰੀਜ਼ ਰਹਿਣਗੇ ਸਾਡੇ, ਔਰ ਕੁਛ ਵਿੱਚੋਂ ਥੋੜਾ ਫਲੋਰਾ ਉਹ ਹੋਊਗਾ ਜਿਹੜਾ ਹੈ ਸਾਡੇ ਇੱਥੋਂ ਦਾ ਵਧਿਆ ਫੁੱਲਿਆ ਹੋਇਆ, ਜਿਹੜਾ ਕਿ ਬਟਰਫਲਾਈਜ਼ ਨੂੰ, ਬਰਡਸ ਨੂੰ, ਪੋਲੀਨੇਟਰਸ ਨੂੰ, ਜਿਹਨਾਂ ਨੂੰ ਮੱਖੀਆਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਜਾਂ ਭਰਿੰਡ ਟਾਈਪ ਉਦਾਂ ਦੀਆਂ ਚੀਜ਼ਾਂ ਨੇ, ਤਾਂ ਉਹ ਸਾਰੀਆਂ ਨੂੰ ਅਟਰੈਕਟ ਕਰੂਗਾ। ਤਾਂ ਇਹਦਾ ਮੁੱਖ ਮੁੱਦਾ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਜਗ੍ਹਾ ਇਕੱਠਾ ਕਰ ਦਿਆਂਗੇ ਤਾਂ ਜਿਹੜੀ ਜਿਹੜਾ ਬਾਇਓਡਾਇਵਰਸਿਟੀ ਦਾ ਜਿਹੜਾ ਲਾਸ ਹੋ ਰਿਹਾ ਜਾਂ ਹੈਬੀਟੇਟ ਲਾਸ ਹੋ ਰਿਹਾ ਅਸੀਂ ਉਹ ਚ ਪੂਲ ਕਰਨਾ ਸ਼ੁਰੂ ਕਰ ਦਿਆਂਗੇ। ਠੀਕ ਹੈ ਜੀ। ਤੇ ਭਾਈ ਰਵੀ ਸਿੰਘ ਜੀ ਤੁਸੀਂ ਵਿੱਚ ਕੁਛ ਐਡ ਕਰਨਾ ਚਾਹੋ ਤਾਂ ਤੁਸੀਂ ਵਿੱਚ ਸਾਨੂੰ ਟੋਕ ਕੇ ਐਡ ਕਰ ਸਕਦੇ ਹਾਂ, ਜੇ ਕੋਈ ਤੁਹਾਡਾ ਕੁਐਸਚਨ ਹੋਵੇ ਜਾਂ ਵਿੱਚ ਤੁਸੀਂ ਐਡੀਸ਼ਨ ਕਰਨੀ ਹੋਵੇ ਤਾਂ ਪਲੀਜ਼ ਫੀਲ ਫਰੀ ਟੂ। ਉਹੀ ਅਸੀਂ ਸੋਚ ਰਹੇ ਸੀਗੇ ਕਿਉਂਕਿ ਪੰਜਾਬ 'ਚ ਬਹੁਤ ਲੋੜ ਆਇਆ, ਜਿੱਦਾਂ ਭਈ ਕਾਫੀ ਖਾਲਸਾ ਦੇ ਪ੍ਰੋਜੈਕਟ ਚੱਲਦੇ ਆ, ਸਮਾਜਿਕ ਤੌਰ 'ਤੇ ਚੱਲਦੇ, ਮੈਡੀਕਲ ਚੱਲਦੇ, ਹਰ ਤਰ੍ਹਾਂ ਦੇ ਚੱਲਦੇ, ਇੱਦਾਂ ਦਾ ਜਿਹੜਾ ਭਈ ਇਕੋਲੋਜੀ ਦਾ ਜਿਹੜਾ ਭਈ ਜਾਂ ਇਨਵਾਇਰਮੈਂਟ ਦਾ ਪ੍ਰੋਜੈਕਟ ਬਹੁਤ ਜ਼ਰੂਰੀ ਆ, ਪਰ ਉਹਦੇ ਵਿੱਚ ਜਿਹੜੇ ਭਈ ਪੰਜਾਬ ਦੀ ਸੰਗਤ ਆ ਇਹਨੂੰ ਹਿੱਸਾ ਪਾਉਣਾ ਬਹੁਤ ਜ਼ਰੂਰੀ ਆ, ਕਿਉਂਕਿ ਅਸੀਂ ਜੋ ਕਰ ਸਕਦੇ ਆਪਣੇ ਹਿਸਾਬ ਆਪਣੇ ਲੈਵਲ 'ਤੇ ਕਰ ਸਕਦੇ, ਪਰ ਸਾਨੂੰ ਸਪੋਰਟ ਚਾਹੀਦੀ ਆ। ਹੁਣ ਕਈ ਹੈਗੇ ਆ ਸੰਗਤ ਪੰਜਾਬ ਤੋਂ ਜਿਹੜੇ ਭਈ ਆਪਣੀ ਸਾਨੂੰ ਭਈ ਕਈ ਵਾਰੀ ਇੱਕ ਦੋ ਖੇਤ ਦਾਨ ਦੇਣਾ ਚਾਹੁੰਦੇ ਆ ਜਾਂ ਕੋਈ ਜ਼ਮੀਨ ਦਾਨ ਦੇਣਾ ਚਾਹੁੰਦੇ, ਅਸੀਂ
ਪਰਮਨੈਂਟਲੀ ਕੁਝ ਨਹੀਂ ਮੰਗਦੇ, ਅਸੀਂ ਕਹਿੰਦੇ ਸਾਨੂੰ ਤੁਸੀਂ 25-30 ਸਾਲ ਲਈ ਇੱਕ ਛੋਟਾ ਜਿੱਦਾਂ ਪਈ ਇਕੱਲੇ ਇਕੱਲੇ ਡਿਫਰੈਂਟ ਇਲਾਕੇ 'ਚ ਖੇਤ ਦੇ ਦਿਓ, ਜਾਂ ਪੰਚਾਇਤ ਕੋਈ ਸਾਨੂੰ ਜ਼ਮੀਨ ਦੇ ਦੇਵੇ ਜਿਹਦੇ ਵਿੱਚ ਅਸੀਂ ਇਹ ਐਕਸਪੈਰੀਮੈਂਟ ਕਰ ਸਕਦੇ। ਜਿੱਥੇ ਇੱਕ ਸਾਡਾ ਪ੍ਰੋਗਰਾਮ ਪਈ ਉਹ ਪੰਜਾਬ ਦੇ ਦਰੱਖਤ ਲਿਆਉਣੇ, ਉਹਦੀ ਇੰਡਸਟਰੀ ਬਣਾਉਣੀ, ਉਹਦੇ ਬੂਟੇ ਬੀਜਣੇ, ਫਿਰ ਜਾ ਕੇ ਜਿੱਥੇ ਵੀ ਲੋੜ ਹੈ ਉੱਥੇ ਜਾ ਕੇ ਅਸੀਂ ਫਰੀ ਦੇਵਾਂਗੇ। ਸੋ ਇਹਦੇ ਵਿੱਚ ਅਸੀਂ ਇਹ ਨਹੀਂ ਪੈਸੇ ਨਹੀਂ ਮੰਗਦੇ, ਅਸੀਂ ਬਸ ਤੁਹਾਡਾ ਭਾਈ ਸਪੋਰਟ ਮੰਗਦੇ ਹਾਂ ਭਾਈ ਹਰ ਹਰ ਥਾਂ ਦੇ ਵਿੱਚ ਜਿੱਦਾਂ ਇਹਦਾ ਕੋਈ ਪ੍ਰੋਜੈਕਟ ਕੋਈ ਕਰਦਾ ਆਪਣੇ ਪਿਆਰ ਵੱਲੋਂ ਪੈਸ਼ਨ ਵੱਲੋਂ ਭਾਈ ਪੰਜਾਬ ਨੂੰ ਬਚਾਉਣ ਲਈ, ਅਤੇ ਪੰਜਾਬ ਦੇ ਲੋਕਾਂ ਦਾ ਹਿੱਸਾ ਪਾਉਣਾ ਬਹੁਤ ਜ਼ਰੂਰੀ ਆ। ਅਸੀਂ ਇਸ ਵੇਲੇ ਕੋਈ ਅਪੀਲ ਨਹੀਂ ਕਰ ਰਹੇ, ਪਹਿਲਾਂ ਅਸੀਂ ਸੋਚ ਸਮਝ ਕੇ ਕਦਮ ਚੱਕਾਂਗੇ ਭਾਈ। ਇੱਕ ਦੋ ਥਾਂ 'ਤੇ ਮੇਰੇ ਖਿਆਲ ਅਸੀਂ ਗੱਲ ਕੀਤੀ ਸੀ ਡਾਕਟਰ ਸਾਹਿਬ ਨਾਲ ਭਾਈ, ਇੱਕ ਦੋ ਥਾਂ 'ਤੇ ਪਹਿਲਾਂ ਅਸੀਂ ਇੱਕ ਐਕਸਪੈਰੀਮੈਂਟ ਬਣਾਵਾਂਗੇ, ਉੱਥੋਂ ਫਿਰ ਚੱਕਾਂਗੇ ਕੰਮ ਹੌਲੀ ਹੌਲੀ ਭਾਈ ਕਿੱਦਾਂ ਪੰਜਾਬ 'ਚ ਵਧਾਵਾਂਗੇ। ਇਹਦੇ ਵਿੱਚ ਮਾੜੀ ਜਿਹੀ ਗੱਲ ਕਰ ਲਓ ਭਾਈ, ਇਹ ਕਿੱਦਾਂ ਅਸੀਂ ਕਿਹੜੇ ਇਲਾਕੇ ਵਿੱਚ ਚਾਹੁੰਦੇ ਹਾਂ, ਕਿੱਦਾਂ ਦਾ ਇਲਾਕਾ ਚਾਹੀਦਾ, ਕੀ ਫੈਸਿਲਿਟੀ ਚਾਹੀਦੀ ਆ, ਅਤੇ ਕੀ ਸਾਨੂੰ ਸਪੋਰਟ ਚਾਹੀਦੀ, ਮਦਦ ਚਾਹੀਦੀ ਪੰਚਾਇਤ ਤੋਂ ਅਤੇ ਪਿੰਡਾਂ ਤੋਂ। ਹਾਂਜੀ, ਮੈਂ ਥੋੜ੍ਹਾ ਜਿਹਾ ਕੁਐਸਚਨ ਦੇ ਵਿੱਚ ਹੋਰ ਐਡ ਕਰ ਦੇਵਾਂ ਡਾਕਟਰ ਸਾਹਿਬ ਦੇ ਆਂਸਰ ਕਰਨ ਤੋਂ ਪਹਿਲਾਂ। ਡਾਕਟਰ ਸਾਹਿਬ, ਜਿੱਦਾਂ ਭਾਈ ਸਾਹਿਬ ਨੇ ਦੱਸਿਆ ਵੀ ਆਪਣਾ ਆਪਾਂ ਜਲੰਧਰ, ਮੋਗਾ ਅਤੇ ਲੁਧਿਆਣਾ, ਸ਼ਾਇਦ ਆਪਾਂ 3 ਡਿਸਟ੍ਰਿਕਟ ਐਜ ਏ ਪਾਇਲਟ ਸਾਈਟ ਵਜੋਂ ਚੂਜ਼ ਕੀਤੇ ਹੈਗੇ ਵੀ 3 ਡਿਸਟ੍ਰਿਕਟ ਦੇ ਵਿੱਚ ਆਪਾਂ ਇੱਕ ਇੱਕ ਸਾਈਟ ਚੂਜ਼ ਕਰਾਂਗੇ, ਅਤੇ ਉਹ ਜਿੱਦਾਂ ਭਾਈ ਸਾਹਿਬ ਨੇ ਰਿਕੁਆਇਰਮੈਂਟ ਦੱਸੀਆਂ ਉਹਦੇ ਬਾਰੇ ਵੀ ਐਡ ਕਰ ਦਿਓ, ਅਤੇ ਇੱਕ ਹੋਰ ਨਾਲ ਉਹਦੇ ਐਡ ਕਰ ਦਿਓ ਵੀ ਸ਼ੋਰਟ ਟਰਮ ਅਤੇ ਲੌਂਗ ਟਰਮ ਟਾਈਮ ਫਰੇਮ ਕੀ ਹੈਗਾ ਇਹਦੇ ਵਿੱਚ ਨਾ ਜੀ। ਜੀ ਮਤਲਬ ਟਾਈਮ ਫਰੇਮ ਇਨ ਵਟ ਸੈਂਸ ਜੀ? ਇਹ ਜਿੱਦਾਂ ਵੀ ਆਪਣੇ ਆਪਾਂ ਆਪਾਂ ਜਦੋਂ ਆਪਣਾ ਸ਼ੋਰਟ ਟਰਮ ਦੇ ਵਿੱਚ ਆਪਾਂ ਨੂੰ ਕਿੰਨੇ ਕੁ ਦੇਰ 'ਚ ਆਪਣੇ ਜਿੱਦਾਂ ਲੱਗਣੇ ਸਟਾਰਟ ਹੋ ਜਾਣਗੇ, ਲੱਗ ਜਾਣਗੇ, ਫਿਰ ਲੌਂਗ ਟਰਮ ਮੀਨਸ ਕਿ ਆਪਾਂ ਨੂੰ ਫੁੱਲ ਫਲੈਜ ਜਿਹੜਾ ਚਿੜੀ ਦਾ ਜਿਹੜਾ ਰੂਪ ਆ ਉਹ 10 ਸਾਲਾਂ 'ਚ, 15 'ਚ, 20, 25 'ਚ ਇਹ ਇਸ ਤਰ੍ਹਾਂ ਮੈਂ ਕਦੋਂ ਦਿਸਣਾ ਸ਼ੁਰੂ ਹੋ ਜਾਊਗਾ ਆਪਾਂ ਨੂੰ ਇਹਦਾ। ਜੀ ਇਹਦੇ 'ਚ ਜੀ ਭਾਈ ਸਾਹਿਬ ਜੀ ਇੱਦਾਂ ਕਿ ਜਿਹੜਾ ਸ਼ੋਰਟ ਟਰਮ ਵਾਲਾ ਤਾਂ ਇਹ ਹੈ ਕਿ ਜਦੋਂ ਅਸੀਂ ਜਿੱਦਾਂ ਆਪਾਂ ਇਹਦਾ ਜਿਹੜਾ ਮਾਡਲ ਕ੍ਰੀਏਟ ਕੀਤਾ ਉਹਦੇ 'ਚ ਅਸੀਂ ਸੰਗਤ ਨੂੰ ਚਾਹੁੰਦੇ ਹਾਂ ਆਪਾਂ ਨੂੰ ਵੀ ਇੱਕ ਏਕੜ ਦੀ ਜਗ੍ਹਾ ਜਿਹੜੀ ਇਸ ਝੁੜੀ ਨੂੰ ਬਣਾਉਣ ਲਈ ਇੱਕ ਸਪੋਟ 'ਤੇ ਸਾਨੂੰ ਮਿਲੇ। ਜਦੋਂ ਅਸੀਂ ਇੱਕ ਏਕੜ ਦੇ ਵਿੱਚ ਅਸੀਂ ਜਿਹੜੀ ਪਲਾਂਟੇਸ਼ਨ ਕਰਦੇ ਨਹੀਂ ਹੈ ਤਾਂ ਉਹ ਤਾਂ ਜਦੋਂ ਪਲਾਂਟੇਸ਼ਨ ਹੋ ਗਈ ਉੱਥੇ ਮੋਇਸਚਰ ਆ ਗਿਆ ਔਰ ਉਹਦਾ ਹੈਬੀਟੈਟ ਕ੍ਰੀਏਟ ਹੋਣਾ ਤਾਂ ਇਮੀਡੀਏਟਲੀ ਡੇ 1 ਤੋਂ ਸ਼ੁਰੂ, ਕਿਉਂਕਿ ਜਦੋਂ ਤੁਸੀਂ ਜਦੋਂ ਅਸੀਂ ਜਿਹੜੀ ਮਿੱਟੀ ਜਿੱਦਾਂ ਕਰਾਂ ਇੱਕ ਤਰ੍ਹਾਂ ਦੀ ਬੰਜਰ ਪਈ ਹੋਈ ਉਹਦੇ ਵਿੱਚ ਜਦੋਂ ਅਸੀਂ ਖਾਦਾਂ ਪਾ ਦੀਆਂ ਬੂਟੇ ਲਾ ਦੇ ਤਾਂ ਮਾਈਕਰੋਬੀਅਲ ਐਕਟੀਵਿਟੀਜ਼ ਤਾਂ ਸੇਮ ਡੇ 1 ਕੀ ਸੇਮ ਟਾਈਮ ਤੋਂ ਹੀ ਸ਼ੁਰੂ ਹੋ ਜਾਣੀ ਹੈ, ਰਾਈਟ? ਔਰ ਐਵਰੀ ਡੇ ਐਵਰੀ ਮਿੰਟ ਤੇ ਕੁਛ ਨਾ ਕੁਛ ਐਡ ਹੋਈ ਜਾਣਾ, ਜਿਵੇਂ ਜਿਵੇਂ ਨਵੀਆਂ ਕਰੁੰਬਲਾਂ ਫੁੱਟਣੀਆਂ ਨੇ ਔਰ ਇੱਕ ਤਾਂ ਉੱਪਰਲਾ ਸ਼ੂਟ ਸਿਸਟਮ ਜਿਹੜੀ ਵੈਜੀਟੇਟਿਵ ਗਰੋਥ ਹੋਣੀ ਹੈ ਪਲਾਂਟਸ ਦੀ, ਇੱਕ ਰੂਟ ਸਿਸਟਮ ਡਿਵੈਲਪ ਹੋਣਾ, ਤਾਂ ਉਹਨਾਂ ਨੇ ਆਪਣਾ ਜਿਹੜਾ ਪੂਲ ਕਰਨਾ ਹੈਗਾ ਸਾਡੇ ਇਸ ਕਲਾਈਮੇਟਿਕ ਕਲਾਈਮੇਟ ਦੇ ਵਿੱਚ ਪਲਾਂਟਸ ਨੇ ਜਾਂ ਧਰਤ ਦੇ ਵਿੱਚ ਪੂਲ ਕਰਨਾ ਉਹ ਤਾਂ ਇਮੀਡੀਏਟਲੀ ਸ਼ੁਰੂ ਹੋ ਜਾਣਾ, ਪਰ ਇੱਕ ਲੇਮੈਨ ਦੇ ਲਈ ਜੇ ਆਪਾਂ ਕਹੀਏ ਕਿ ਦਿਖਣਾ ਕਦੋਂ ਸ਼ੁਰੂ ਹੋ ਜਾਂਦਾ ਤਾਂ ਉਹ ਵਿਦਿਨ ਐਵਰੀ ਈਅਰ ਉਹਦੀ ਜਿਹੜੀ ਗਰੋਥ ਆ ਉਹ ਹੋ ਹੀ ਜਾਣੀ ਆ। ਈਵਨ 3 ਸਾਲ ਬਾਅਦ ਉਹ ਜਿਹੜੀ ਝੜੀ ਆ ਉਹ ਪ੍ਰੋਪਰਲੀ ਦਿਖਣ ਲੱਗ ਜੂ ਕਿ ਹਾਂ ਇੱਥੇ ਇੱਕ ਗ੍ਰੀਨ ਪੋਕਟ ਬਣ ਗਈ ਆ। ਔਰ ਈਵਨ ਉਹਨਾਂ ਦੇ ਵਿੱਚੋਂ ਸਾਰੇ ਤਾਂ ਨਹੀਂ ਬਟ ਮੇਰਾ ਖਿਆਲ ਆ ਕਿ ਕੁਛ ਫਰੂਟ ਪਲਾਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਫਰੂਟ ਵੀ ਬੀਅਰ ਕਰ ਲੱਗ ਜਾਂ ਉਹਨੇ 3rd ਈਅਰ ਤੱਕ। ਈਵਨ ਜਿਹੜੀਆਂ ਫਲਾਰਿੰਗ ਕੁਛ ਸ਼ਰਬਸ ਆਪਾਂ ਐਡ ਕਰਨੀਆਂ ਉਹ ਤਾਂ 2nd ਈਅਰ ਤੋਂ ਹੀ ਉਹਨਾਂ 'ਤੇ ਬਟਰਫਲਾਈਜ਼ ਆਉਣੀਆਂ ਸ਼ੁਰੂ ਕਰਦੀਆਂ ਜਾਣੀਆਂ। ਬਾਕੀ ਜਿਹੜਾ ਲੌਂਗ ਟਰਮ ਦੀ ਤੁਸੀਂ ਗੱਲ ਕੀਤੀ ਸੀਗੀ, ਲੌਂਗ ਟਰਮ ਤਾਂ ਇਹ ਹੈ ਕਿ ਇਹ ਜਿਵੇਂ ਆਪਾਂ ਸਦੀਵੀ ਲੰਗਰ ਸ਼ਬਦ ਇਸੇ ਲਈ ਵਰਤਿਆ ਕਿ ਸੰਗਤ ਉਹ ਸੰਗਤ ਆਪਾਂ ਨੂੰ ਉਹੀ ਜ਼ਮੀਨ ਦਾ ਟੁਕੜਾ ਦੇਵੇ ਜਿਹੜੇ ਇਹ ਸੋਚਦੇ ਆ ਕਿ ਹਾਂ ਅਸੀਂ ਅਸੀਂ ਆਪਣੀ ਬਾਬੇ ਨਾਨਕ ਦੀ ਧਰਤ ਲਈ ਇਹ ਆਪਣਾ ਰਿਸੋਰਸ ਪੂਲ ਕਰ ਰਹੇ ਹਾਂ ਤੇ ਆਉਣ ਵਾਲੀ ਸਾਡੀਆਂ ਜਨਰੇਸ਼ਨਾਂ ਵੀ ਇਹਨੂੰ ਏਦਾਂ ਹੀ ਰੱਖਣਗੀਆਂ ਕਿ ਹਾਂ ਇਹ ਬੂਟੇ ਵਧਣ ਫੁੱਲਣ ਔਰ ਚਾਹੇ ਉਹ ਦਵਾਈਆਂ ਵਾਲੇ ਜਿਹੜੇ ਫਲ ਨੇ ਜਾਂ ਦੂਸਰੇ ਫਲ ਨੇ ਜਾਂ ਕੁਛ ਵੀ ਚੀਜ਼ ਆ, ਚਾਹੇ ਉਹ ਮਨੁੱਖ ਵਰਤ ਰਿਹਾ ਜਾਂ ਜਾਨਵਰ ਵਰਤ ਰਿਹਾ, ਉਹ ਇੱਕ ਤਰ੍ਹਾਂ ਇਹ ਸੰਗਤ ਨੇ ਇੱਕ ਤਰ੍ਹਾਂ ਦਾ ਲਾਈਵ ਲੰਗਰ ਲਾਉਣਾ ਜੀ ਆਪਾਂ ਸਾਰਿਆਂ ਨੇ ਰਲ ਮਿਲ ਕੇ। ਸੋ ਉਹ ਤਾਂ ਸਦਾ ਹੀ ਮਤਲਬ ਇਹਦੀ ਲੌਂਗ ਟਰਮ ਤਾਂ ਇਹ ਆ ਵੀ ਰਹਿੰਦੀ ਦੁਨੀਆ ਤੱਕ ਚੱਲਣਾ ਚਾਹੀਦਾ ਜੀ। ਠੀਕ ਹੈ, ਇਹ ਭਾਈ ਸਾਹਿਬ ਨੇ ਜਿਹੜਾ ਪੰਚਾਇਤਾਂ ਦੇ ਪਰਸਪੈਕਟਿਵ ਨਾਲ ਪੁੱਛਿਆ ਸੀ ਉਹਦਾ ਕਿੱਦਾਂ ਜੀ, ਪੰਚਾਇਤਾਂ ਦਾ ਜੇ ਆਪਣੇ ਵਿੱਚ ਕੰਟਰੀਬਿਊਟ ਕਰਨੀ ਚਾਹੁੰਦੀਆਂ ਤਾਂ ਪੰਚਾਇਤਾਂ ਦੀ ਕਾਮਨ ਲੈਂਡ ਜਿਹੜੀ ਹੈ ਇਹਦੇ ਵਿੱਚ ਜੀ ਜਿੱਦਾਂ ਆਪਾਂ ਇਸ ਮਾਡਲ ਦਾ ਕ੍ਰਾਈਟੀਰੀਆ ਕੀ ਹੈ ਕਿ ਜਿੱਦਾਂ ਸਮਾਲੈਸਟ ਯੂਨਿਟ ਜਿਵੇਂ ਆਪਾਂ ਇੱਕ ਏਕੜ ਰੱਖਿਆ, ਉਸ ਤੋਂ ਬਾਅਦ ਚਾਹੇ ਸਾਨੂੰ ਕੋਈ ਸੰਗਤ ਚਾਹੇ ਕੋਈ ਵਿਅਕਤੀ ਵਿਸ਼ੇਸ਼ ਆ ਕੋਈ ਇੰਡੀਵਿਜੁਅਲ ਹੈ
ਜਾਂ ਪੰਚਾਇਤ ਹੈ ਕੋਈ, ਜਾਂ ਕਈ ਆਰਗੇਨਾਈਜੇਸ਼ਨ ਕੋਲੇ ਜਗ੍ਹਾ ਹੁੰਦੀਆਂ ਨੇ, ਚਾਹੇ ਉਹ ਸੈਮੀ ਗਵਰਨਮੈਂਟ ਨੇ, ਗਵਰਨਮੈਂਟ ਨੇ ਜਾਂ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਨੇ ਜਾਂ ਪੰਚਾਇਤ ਹੈ, ਤਾਂ ਉਹ ਆਪਾਂ ਨੂੰ ਜਿਹੜੀ ਉਹ ਲੈਂਡ ਦੇਣਗੇ। ਆਪਾਂ ਸਿਰਫ ਦੋ ਹੀ ਚੀਜ਼ਾਂ ਰੱਖੀਆਂ ਜੀ, ਕਿ ਉਹ ਇੱਕ ਤਾਂ ਸਾਨੂੰ ਇਸ ਚੀਜ਼ ਲਈ ਮਤਲਬ ਐਗਰੀ ਕਰਨਗੇ ਕਿ ਇੱਥੇ ਏਦਾਂ ਨਹੀਂ ਹੈ ਕਿ ਅੱਜ ਪੰਚਾਇਤ ਮੰਨ ਲਓ ਇੱਕ ਪਿੰਡ ਦੇ ਵਿੱਚ ਅਸੀਂ ਇਹ ਝੁੜੀ ਬਣਾ ਦਿੱਤੀ, 2 ਸਾਲ ਬਾਅਦ ਪੰਚਾਇਤ ਚੇਂਜ ਹੋ ਜਾਂਦੀ ਆ ਤਾਂ ਨਵੀਂ ਪੰਚਾਇਤ ਕਵੇ ਵੀ ਇਹਨੂੰ ਹੁਣ ਦਰਖਤਾਂ ਨੂੰ ਕੱਟ ਕੇ ਇੱਥੇ ਜੀ ਆਪਾਂ ਕੋਈ ਬਿਲਡਿੰਗ ਉਸਾਰ ਦਈਏ, ਧਰਮਸ਼ਾਲਾ ਬਣਾ ਦਈਏ, ਤਾਂ ਉਹ ਇੱਕ ਰਿਟਨ ਦੇ ਵਿੱਚ ਆਪਾਂ ਪੰਚਾਇਤ ਵੱਲੋਂ ਔਰ ਪਿੰਡ ਦੇ ਜਿਹੜੇ ਬਹੁਤ ਵਾਰ ਬੰਦਿਆਂ ਵੱਲੋਂ ਇੱਕ ਆਪਾਂ ਇੱਕ ਤਰ੍ਹਾਂ ਦਾ ਇੱਕ ਡਾਕੂਮੈਂਟ ਕਹਿ ਲਈਏ ਜਾਂ ਇੱਕ ਕਹਿਣ ਦੋ ਵੀ ਬਸ ਉਹੀ ਜ਼ਿੰਮੇਵਾਰੀ ਲੈਣੀ ਆ ਕਿ ਵੀ ਉਹ ਜੋ ਆਪਾਂ ਇਹ ਪ੍ਰੋਜੈਕਟ ਕ੍ਰੀਏਟ ਕਰਾਂਗੇ ਜਿਹੜੇ ਵੀ ਪਿੰਡ ਦੇ ਵਿੱਚ ਜਿਹੜੀ ਵੀ ਜਗ੍ਹਾ ਤੇ, ਕਿਉਂ ਇਹਨੂੰ ਏਦਾਂ ਰੱਖਣਗੇ ਕਿ ਏਦਾਂ ਪੰਚਾਇਤਾਂ ਬਦਲਦੀਆਂ ਰਹਿਣ, ਬੰਦੇ ਬਦਲਦੇ ਰਹਿਣ, ਪਰ ਰੁੱਖ ਪੌਦੇ ਸਾਡੀਆਂ ਇਹ ਬਾਬੇ ਨਾਨਕ ਦੀ ਚਿੜੀ ਆ ਇਹ ਸਦਾ ਲੱਗੀ ਰਵੇ। ਤਾਂ ਉਹਦੇ ਲਈ ਜਿਹੜੇ ਵੀ ਜਿਹੜੀਆਂ ਮੰਨ ਲਓ ਕਿ ਸਾਡੇ ਕੋਲ ਇੰਡੀਵਿਜੁਅਲ ਨੇ, ਚਾਹੇ ਸਾਡੇ ਉਹ ਜਿੱਦਾਂ ਜਿੰਨੇ ਵੀ ਇਹਦੇ ਸੈਕਟਰ ਚ ਲੋਕ ਦੇ ਲੋਕ ਇਹ ਚ ਇਨਵੋਲਵ ਹੋ ਸਕਦੇ, ਤੁਸੀਂ ਪੰਚਾਇਤ ਦੀ ਪਾਰਟੀਕੁਲਰਲੀ ਗੱਲ ਕੀਤੀ ਸੀ, ਉਹ ਆਪਣੀ ਖਾਲਸਾ ਏਡ ਦੀ ਟੀਮ ਨਾਲ ਜਦੋਂ ਕੰਟੈਕਟ ਕਰਨਗੇ ਤੇ ਆਪਾਂ ਇੱਕ ਪ੍ਰੋਪਰਲੀ ਕ੍ਰਿਟੀਰੀਆ ਬਣਾਇਆ, ਪਹਿਲਾਂ ਸਾਈਟ ਸਰਵੇ ਹੋਣਾ, ਉਹ ਜਿਹੜੇ ਆਪਣੇ ਜਿਹੜੇ ਇਸ ਪ੍ਰੋਜੈਕਟ ਦੇ ਸੁਪਰਵਾਈਜ਼ਰ ਨੇ ਪਹਿਲਾਂ ਉਹਨਾਂ ਨੇ ਸਾਈਟ ਵਿਜ਼ਿਟ ਕਰਕੇ ਉਹ ਸਾਰਾ ਡਾਟਾ ਕਲੈਕਟ ਹੋਣਾ। ਆਪਾਂ ਇਹ ਕੰਮ ਬਹੁਤ ਏਦਾਂ ਨਹੀਂ ਹੈਗਾ ਵੀ ਜਿਵੇਂ ਕੁਛ ਲੋਕ ਕਰਦੇ ਕਿ ਅੱਜ ਡਿਸੀਜਨ ਲਿਆ ਕੱਲ ਨੂੰ ਬੂਟੇ ਲਾ ਦੇ, ਨਹੀਂ ਆਪਾਂ ਉਹਦੀ ਸਾਈਟ ਸਰਵੇ ਹੋਣੀ ਆ, ਉਹਦਾ ਪ੍ਰੋਪਰਲੀ ਦੇਖਿਆ ਜਾਣਾ ਕਿ ਉੱਪਰ ਤਾਰਾਂ ਤਾਂ ਨਹੀਂ ਜਾ ਰਹੀਆਂ, ਮਿੱਟੀ ਦੀ ਕੀ ਸਥਿਤੀ ਹੈ, ਪਾਣੀ ਦੀ ਕੀ ਸਥਿਤੀ ਆ, ਉਹਦੇ ਵਿੱਚ ਕੀ ਚੀਜ਼ ਦੀ ਘਾਟ ਹੈ, ਉਹ ਆਪਾਂ ਸਾਰੇ ਕਰਨੇ ਆ। ਫਿਰ ਜਿਹੜੀਆਂ ਕਾਮਨ ਲੈਂਡਸ ਹੁੰਦੀਆਂ ਨੇ, ਸਾਂਝੀਆਂ ਥਾਵਾਂ ਨੇ, ਉੱਥੇ ਫੈਂਸਿੰਗ ਨਹੀਂ ਹੁੰਦੀ, ਅਸੀਂ ਬਾਇਓ ਫੈਂਸਿੰਗ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਉਹਨੂੰ ਕੋਈ ਖਰਾਬ ਨਾ ਕਰੇ। ਫਿਰ ਇੱਕ ਏਕੜ ਦਾ ਯੂਨਿਟ ਬਹੁਤ ਸੋਹਣਾ ਹੁੰਦਾ ਔਰ ਵਧੀਆ ਏਰੀਆ ਹੁੰਦਾ, ਉਹ 'ਚ ਲੋਕ ਸੈਰ ਕਰ ਸਕਣ, ਉਹ 'ਚ ਅਸੀਂ ਇੱਕ ਜਿਹੜਾ ਨੈਚੁਰਲ ਵਾਕ ਵੀ ਦੇਣਾ ਵੀ ਕੋਈ ਐਂ ਆਪਾਂ ਪੱਥਰ ਨਹੀਂ ਲਾਉਣੇ, ਕੋਈ ਟਾਇਲਸ ਨਹੀਂ ਲਾਉਣੀਆਂ, ਬਟ ਉਹ ਜਿੱਦਾਂ ਨੈਚੁਰਲ ਜਿਹੜਾ ਹੈਗਾ ਸੋਰਸ ਦੇ ਥਰੂ ਆਪਾਂ ਉਹ 'ਚ ਵਾਕਵੇ ਬਣਨਾ, ਇੱਕ ਛੋਟੀ ਜਿਹੀ ਵਾਟਰ ਬੋਡੀ ਕ੍ਰੀਏਟ ਕਰਨੀ ਆ, ਨਾਟ ਪੂਲ, ਇੱਕ ਸਿੰਪਲ ਵਾਟਰ ਬੋਡੀ ਕਿ ਜਦੋਂ ਪਾਣੀ ਮੀਂਹ ਆਇਆ ਤੇ ਉਹਦੇ ਵਿੱਚ ਪਾਣੀ ਇਕੱਠਾ ਹੋਇਆ, ਉੱਥੇ ਜਿਹੜੇ ਡੱਡੂ ਡੱਡੂ ਜਾਂ ਹੋਰ ਰਿਪਟਾਈਲਸ ਵਗੈਰਾ ਨੇ ਉਹ ਉਹ ਆਪਣਾ ਜੀਵਨ ਜੀ ਸਕਣ। ਤਾਂ ਉਹ ਸਾਰਾ ਇੱਕ ਇੱਕ ਸਿਸਟਮ, ਇਹ ਇੱਕ ਤਰ੍ਹਾਂ ਦਾ ਇਕੋ ਸਿਸਟਮ ਹੈ ਜੀ ਜਿਹਨੂੰ ਕ੍ਰੀਏਟ ਹੁੰਦਾ ਬਹੁਤ ਟਾਈਮ ਲੱਗਦਾ, ਤੇ ਆਪਾਂ ਇਹ ਸਾਰੀਆਂ ਚੀਜ਼ਾਂ ਕ੍ਰੀਏਟ ਕਰਨੀਆਂ, ਉਹਦੇ ਵਿੱਚ ਬਸ ਸੰਗਤ ਤੋਂ ਇਹੀ ਆਪਾਂ ਮੰਗਣਾ ਕਿ ਸਾਨੂੰ ਉਹ ਜਗ੍ਹਾ ਦਿੱਤੀਆਂ ਜਾਣ ਜਿੰਨਾ 'ਚ ਉਹਨਾਂ ਦੀ ਕੋਈ ਬਾਅਦ 'ਚ ਪਲੈਨਿੰਗ ਨਾ ਮਤਲਬ ਇਹ ਹੋਵੇ ਕਿ ਆਪਾਂ ਉਹਨੂੰ ਜੰਗਲ ਨੂੰ ਵੱਢ ਕੇ ਕੁਛ ਹੋਰ ਲਾ ਦਿੱਤਾ ਜਾਵੇ ਜੀ। ਭਾਅ ਜੀ ਠੀਕ ਹੈ, ਭਾਅ ਜੀ ਥੈਂਕ ਯੂ ਵੈਰੀ ਮਚ ਜੀ। ਅਗਲਾ ਮੇਰੇ ਇੱਕ ਹੋਰ ਛੋਟਾ ਜਿਹਾ ਮੈਂ ਸਵਾਲ ਨੋਟ ਕਰਕੇ ਰੱਖੇ ਹੋਏ ਸੀਗੇ ਕਿ ਇੱਕ ਆਪਾਂ ਜਦੋਂ ਮੀਟਿੰਗ ਦੇ ਵਿੱਚ ਗੱਲ ਹੋਈ ਸੀਗੀ ਆਪਣੀ ਕਿ ਕੁਛ ਇੰਡੇਂਜਰਡ ਸਪੀਸੀਜ਼ ਹੈਗੀਆਂ ਇੰਡੀਜੀਨਸ ਪਲਾਂਟਸ ਦੀਆਂ ਜਿਹੜੀਆਂ ਆਪਣੇ ਘੱਟ ਮਿਲ ਰਹੀਆਂ ਪੰਜਾਬ ਦੇ ਵਿੱਚ, ਤੇ ਉਹਦੇ ਵਾਸਤੇ ਜਿੱਦਾਂ ਆਪਾਂ ਨਰਸਰੀ ਦੀ ਤੁਸੀਂ ਪ੍ਰਪੋਜ਼ਲ ਪ੍ਰਪੋਜ਼ ਕੀਤਾ ਸੀਗਾ ਆਪਣੀ ਨਰਸਰੀ ਜਿਹੜੀਆਂ ਬਣਨੀਆਂ ਚਾਹੀਦੀਆਂ, ਉਹਦੇ ਬਾਰੇ ਥੋੜ੍ਹੀ ਜਿਹੀ ਤੁਸੀਂ ਜਾਣਕਾਰੀ ਸਾਂਝੀ ਕਰਦੇ ਵੀ ਇੰਡੇਂਜਰ ਸਪੀਸੀਜ਼ ਕੁਛ ਹੈਗੀਆਂ ਤੇ ਅਸੀਂ ਆਪ ਜਿਹੜੇ ਪੰਜਾਬ ਦੇ ਨੇਟਿਵ ਟ੍ਰੀ ਆ ਜਾਂ ਜਿਹੜੇ ਨਾਲ ਸਪੋਰਟਿਵ ਟ੍ਰੀ ਲੱਗਣਗੇ ਉਹਨਾਂ ਨੂੰ ਪ੍ਰੋਪੇਗੇਟ ਕਰਨ ਲਈ ਨਰਸਰੀਜ਼ ਆਪਾਂ ਬਣਾਵਾਂਗੇ, ਇਸ ਬਾਰੇ ਥੋੜ੍ਹਾ ਜਿਹਾ ਦੱਸਿਓ ਪਲੀਜ਼। ਭਾਜੀ ਸਭ ਤੋਂ ਮੇਜਰ ਕੰਮ ਪਲਾਂਟਸ ਲਾਉਣ ਦੇ ਨਾਲੋਂ ਪਲਾਂਟਸ ਪ੍ਰੋਪੇਗੇਟ ਕਰਨਾ ਇੱਕ ਮੇਜਰ ਇਸ਼ੂ ਆ ਸਾਡੇ ਸਾਰਿਆਂ ਲਈ, ਕਿਉਂਕਿ ਹੁਣ ਤੱਕ ਕੀ ਹੈ ਕਿ ਸਾਡੇ ਕੋਲ ਜਿੱਦਾਂ ਵੀ ਅਸੀਂ ਮੋਟੇ ਤੌਰ ਤੇ ਦੇਖਦੇ ਹਾਂ ਸਾਡੇ ਕੋਲ 50 ਕਿਸਮਾਂ ਦੇ ਕਰੀਬ ਰੁੱਖ ਨੇ ਜਿਹੜੇ ਸਾਡੇ ਇਸ ਖਿੱਤੇ ਦੇ ਨੇ ਜਿਹਨਾਂ ਨੂੰ ਅਸੀਂ ਵਿਰਾਸਤੀ ਰੁੱਖ ਕਹਿ ਦਿੰਦੇ ਹਾਂ, ਤੇ ਉਹਨਾਂ ਦੇ ਵਿੱਚੋਂ ਜਿਹੜੇ ਤਕਰੀਬਨ 15-20 ਕਿਸਮਾਂ ਦੇ ਰੁੱਖ ਪੌਦੇ ਏਦਾਂ ਦੇ ਆ ਜਿਹੜੇ ਕਿਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਨਰਸਰੀ 'ਚ ਅਵੇਲੇਬਲ ਹੀ ਨਹੀਂ ਹੈਗੇ। ਤਾਂ ਉਹ ਜਿੰਨੀ ਅਸੀਂ ਜਿੰਨੀ ਮਰਜ਼ੀ ਅਵੇਅਰਨੈਸ ਕਰੀ ਜਾਈਏ, ਹੁਣ ਮੰਨ ਲਓ ਅਸੀਂ ਕਿਸੇ ਨੂੰ ਇੰਪੋਰਟੈਂਸ ਦੱਸ ਦੀ ਕਿ ਵਣ ਦੀ ਆਹ ਇੰਪੋਰਟੈਂਸ ਹੈ, ਕਰੀਬ ਦੀ ਆਹ ਇੰਪੋਰਟੈਂਸ ਹੈ, ਬਰਨੇ ਦੀ ਆਹ ਇੰਪੋਰਟੈਂਸ ਹੈ, ਬਟ ਕਿਤੋਂ ਮਿਲਦਾ ਰਿਹਾ ਨਹੀਂ। ਤਾਂ ਉਹਦੇ ਲਈ ਜੇ ਸੰਗਤ ਦਾ ਸੰਗਤ ਆਪਾਂ ਨੂੰ ਸਾਥ ਦੇਵੇ ਤਾਂ ਇੱਕ ਵਧੀਆ ਨਰਸਰੀ, ਵੱਡੇ ਲੈਵਲ ਦੀ ਨਰਸਰੀ ਸਾਨੂੰ ਕ੍ਰੀਏਟ ਕਰਨੀ ਚਾਹੀਦੀ ਸਾਰੇ ਪੰਜਾਬ ਦੇ ਲਈ, ਜਿੱਥੇ ਨੇਟਿਵ ਫਲੋਰਾ ਤਿਆਰ ਹੋਵੇ, ਔਰ ਉਹ ਤਿਆਰ ਵੀ ਏਦਾਂ ਹੋਵੇ ਕਿ ਜਿੱਦਾਂ ਹੁਣ ਜ਼ਿਆਦਾਤਰ ਸਰਕਾਰੀ ਨਰਸਰੀਆਂ ਕੀ ਨੇ, ਉਹਨਾਂ ਤੇ ਪ੍ਰੈਸ਼ਰ ਰਹਿੰਦਾ ਹਰ 6 ਮਹੀਨੇ ਬਾਅਦ, ਹਜੇ 6 ਇੰਚ ਦਾ ਬੂਟਾ ਹੋਇਆ ਨਹੀਂ ਹੁੰਦਾ ਤੇ ਉਹ ਲੋਕਾਂ ਨੂੰ ਉਹਨਾਂ ਨੂੰ ਡਿਸਟ੍ਰੀਬਿਊਟ ਕਰਨੇ ਪੈਂਦੇ ਆ। ਮੈਨੂੰ ਇਹ ਲੱਗਦਾ ਹੁੰਦਾ ਵੀ ਘੱਟੋ ਘੱਟ 2-3 ਫੁੱਟ ਹਾਈਟ ਦੇ ਬੂਟਾ ਹਰੇਕ ਹਰੇਕ ਕਿਸਮ ਦਾ ਹੋਵੇ। ਤਾਂ ਇਹਦੇ ਲਈ ਜਿਵੇਂ ਸੀਡ ਕਲੈਕਸ਼ਨ, ਹੁਣ ਕਈ ਚੀਜ਼ਾਂ ਨੇ ਜਿੱਦਾਂ ਵਣ ਤੇ ਪੀਲੂ ਆ, ਦੋਨਾਂ ਦੇ ਜਿਹੜੇ ਫਰੂਟਿੰਗ ਆ ਉਹ ਇਨਵਾਇਰਮੈਂਟ ਕੰਡੀਸ਼ਨ ਦੇ ਕਾਰਨ ਸਾਡੇ ਹੁਣੋਂ ਹਟ ਗਿਆ, ਇਹਦੇ 'ਚ ਇੱਕ ਸੀਡ ਕਲੈਕਸ਼ਨ ਦਾ ਇੱਕ ਵੱਡਾ ਇਸ਼ੂ ਹੈਗਾ। ਤਾਂ ਉਹ ਉਹਦੇ ਲਈ ਸਾਨੂੰ ਇੱਕ ਪ੍ਰੋਪਰ ਸੈਟਅਪ ਬਣਾਉਣਾ ਪੈਣਾ, ਤੇ ਉਹ ਮੈਂ ਚਾਹੁੰਦਾ ਕਿਤੇ ਉਹ ਬਾਬਾ ਨਾਨਕ ਕਿਰਪਾ ਕਰਨਗੇ ਕਿ ਆਪਾਂ ਨੂੰ ਕਿਤੇ ਸੈਂਟਰਲ ਪਲੇਸ ਤੇ ਕੋਈ 5-7 ਏਕੜ ਦੀ ਜਗ੍ਹਾ ਹੋਵੇ ਜਿੱਥੇ ਅਸੀਂ ਉਹ ਸਾਰੀ ਨਰਸਰੀ ਡਿਵੈਲਪ ਕਰੀਏ, ਤਾਂ ਜੋ ਜਿਹੜਾ ਵੀ ਇਨਸਾਨ ਕੋਈ ਵੀ ਆਪਣੇ, ਚਾਹੇ ਉਹ ਝੁੜੀ ਬਣਾਉਣਾ ਚਾਹੁੰਦਾ ਜਾਂ ਉਹ ਆਪਣੇ ਖੇਤ ਵੀ ਮੰਨ ਲਵਾਉਣਾ ਚਾਹੁੰਦਾ, ਉਹ ਕਹਿੰਦਾ ਕਿ ਹਾਂ ਮੈਂ ਐਗਰੀ ਕਰਦਾ ਕਿ ਮੈਨੂੰ ਆਹ 10 ਵਿਰਾਸਤੀ ਬੂਟੇ ਮੈਂ ਆਪਦੇ ਖੇਤ ਲਾਉਣਾ ਚਾਹੁੰਦਾ, ਤਾਂ ਅਸੀਂ ਦੇ ਸਕਦੇ ਹੋਈਏ।
ਅਨਫੋਰਚੂਨੇਟਲੀ ਅੱਜ ਅੱਜ ਜੇ ਕੋਈ ਬੰਦਾ ਮੇਰੀਆਂ ਬੁੱਕਸ ਪੜ੍ਹ ਕੇ ਜਾਂ ਜਦੋਂ ਕਿਤੇ ਮੈਂ ਕਿਤੇ ਸੋਸ਼ਲ ਮੀਡੀਆ ਤੇ ਜਾਂ ਕਿਸੇ ਹੋਰ ਮੀਡੀਆ ਤੇ ਗੱਲ ਕਰ ਦਿੰਦਾ ਤਾਂ ਲੋਕਾਂ ਦੀਆਂ ਕਾਲਸ ਆਉਣ ਲੱਗ ਜਾਂਦੀਆਂ। ਡਾਕਟਰ ਸਾਹਿਬ ਸਾਨੂੰ ਬੂਟੇ ਪ੍ਰੋਵਾਈਡ, ਉਹਨਾਂ ਚੋਂ ਹੁਣ ਅੱਧ ਪਚੰਦੇ ਤਾਂ ਪ੍ਰੋਵਾਈਡ ਕਰਵਾ ਦਈਦੇ ਆ ਲੋਕਾਂ ਨਾਲ, ਕਨੈਕਟੀਵਿਟੀ ਕਰਾ ਦਿੰਦੇ, ਪਰ ਸੋਲਿਊਸ਼ਨ ਕੰਪਲੀਟ ਨਹੀਂ ਹੈਗਾ। ਠੀਕ ਠੀਕ ਹੈ ਤੇ ਭਾਈ ਸਾਹਿਬ ਆਪਣਾ ਹੋਰ ਕੋਈ ਸਵਾਲ ਹੈਗਾ? ਮੈਂ ਲਾਸਟ ਇੱਕ ਥੋੜ੍ਹੇ ਜਿਹੇ ਇੱਕ ਡਾਕਟਰ ਸਾਹਿਬ ਤੋਂ ਹੋਰ ਪੁੱਛੂੰਗਾ, ਜੇ ਤੁਸੀਂ ਹੋਰ ਕੁਛ ਗੱਲ ਕਰਨੀ ਚਾਹੁੰਦੇ ਤਾਂ ਭਾਈ ਰਵੀ ਸਿੰਘ ਜੀ। ਨਹੀਂ ਇਹ ਅਸੀਂ ਮੈਂ ਕਹਿਣਾ ਚਾਹੁੰਦਾ ਭਾਈ, ਕਈ ਪੰਜਾਬ ਤੋਂ ਬਾਹਰ ਜਿੱਦਾਂ ਸਾਡੇ ਵਰਗੇ ਬੈਠੇ, ਤੁਹਾਡੇ ਵਰਗੇ ਬੈਠੇ ਆ, ਕਨੇਡਾ, ਅਮਰੀਕਾ, UK ਤੇ ਕਾਫੀ ਜਿੱਦਾਂ ਭਾਈ ਕਹਿ ਲਓ ਭਾਈ ਰੱਬ ਨੇ ਉਹਨਾਂ ਨੂੰ ਜ਼ਮੀਨ, ਪੈਸਾ, ਦੌਲਤ ਰੱਬ ਬਖਸ਼ਿਆ। ਅਸੀਂ ਇਹ ਕਹਿੰਦੇ ਹਾਂ ਵੀ ਇਹ ਨਾ ਕਹੋ ਭਾਈ ਅਸੀਂ ਥੋੜ੍ਹੀ ਜ਼ਮੀਨ ਦੇ ਦਈਏ, ਅਸੀਂ ਕਹਿੰਦੇ ਨਾਲ ਤੁਸੀਂ ਹਿੱਸਾ ਪਾਓ, ਤੁਸੀਂ ਵੀ ਸਾਨੂੰ ਜੁਆਇਨ ਕਰੋ। ਤੁਸੀਂ ਜਦੋਂ ਉੱਥੇ ਜ਼ਮੀਨ ਕਹਿ ਲਓ ਵੀ ਵਾਹੁਣੀ ਆ, ਵਿੱਚ ਬੀਜਣੀ, ਜ਼ਮੀਨ ਵਿੱਚ ਪਾਣੀ ਪਾਉਣਾ, ਵਿੱਚ ਜਦੋਂ ਬੂਟੇ ਹੋਣ ਲੱਗ ਪਏ ਉੱਪਰ, ਤੁਸੀਂ ਹਰ ਇੱਕ ਸਟੇਜ ਦੇ ਉੱਪਰ ਨਾਲ ਇਨਵੋਲਵ ਹੋਵੋ। ਮੈਂ ਕਹਿੰਦਾ ਤੁਸੀਂ ਆਪਣੇ ਬਜ਼ੁਰਗਾਂ ਨਾਂ 'ਤੇ, ਬਜ਼ੁਰਗਾਂ ਦੇ ਨਾਂ 'ਤੇ ਦਰੱਖਤ ਬੀਜੋ, ਆਪਣੇ ਬਜ਼ੁਰਗਾਂ ਨਾਂ 'ਤੇ ਨਰਸਰੀਆਂ ਬਣਾਵੋ, ਆਪਣੇ ਬਜ਼ੁਰਗਾਂ ਦੇ ਨਾਂ 'ਤੇ ਇੱਕ ਇੱਦਾਂ ਦੀ ਚੀਜ਼ ਪੈਦਾ ਕਰੋ ਉਹ ਸਦਾ ਹੀ ਪੰਜਾਬ ਨੂੰ ਫਾਇਦਾ ਹੋਵੇ। ਇਹ ਨਹੀਂ ਭਾਈ ਹੋਰ ਸੰਗਵਾਰ ਰਲਾ ਲਾਤਾ, ਹੋਰ ਕੋਈ ਜਿਹੜੀ ਸੋਨਾ ਲਾਤਾ, ਪਰ ਜਿਹੜਾ ਅਸਲੀ ਸੋਨਾ ਆ ਵੀ ਪੰਜਾਬ ਦੇ ਜੰਗਲ ਹੁੰਦੇ ਸੀਗੇ, ਪੰਜਾਬ ਦੇ ਦਰੱਖਤ ਹੁੰਦੇ ਸੀਗੇ, ਪੰਜਾਬ ਦੇ ਲੋਕਾਂ ਨੂੰ ਚੰਗਾ ਸਾਹ ਆਵੇ, ਸਾਫ ਹਵਾ ਆਵੇ, ਇੱਕ ਬਹੁਤ ਵੱਡਾ ਤੋਹਫਾ ਆ। ਤੁਸੀਂ ਇੱਕ ਦੋ ਦਰੱਖਤਾਂ ਦਾ ਸਿਰ ਪਿੰਡ ਦੀ ਸਫਾਈ ਕਰ ਦਿੰਦੇ ਆ ਸਾਫ ਹਵਾ ਨਾਲ, ਤੇ ਸੋਚੋ ਜੇ ਤੁਸੀਂ 100 ਪਿੰਡ ਦੇ ਵਿੱਚ ਦਰੱਖਤ ਲਾ ਦਿੱਤਾ ਤੇ ਤੁਹਾਡਾ ਕੀ ਫਾਇਦਾ ਹੋਊਗਾ ਪੰਜਾਬ ਨੂੰ, ਤੇ ਆਪਣੇ ਨਾਲ ਬਜ਼ੁਰਗਾਂ ਦੇ ਨਾਂ ਤੇ ਤੁਸੀਂ ਪੰਜਾਬ ਨੂੰ ਮੁੜ ਕੇ ਫੇਰ ਵਸਾ ਰਹੇ ਆ ਜਿਹੜੀ ਇਕੋਲੋਜੀ ਪੰਜਾਬ ਦੀ। ਸੋ ਸਾਨੂੰ ਵੀ ਇੱਕ ਜਿਹੜਾ ਗਿਫਟ ਦੇਣਾ, ਇੱਕ ਲੈਗਸੀ ਛੱਡਣੀ, ਆਪਣਾ ਬਜ਼ੁਰਗਾਂ ਦੇ ਨਾਂ ਤੇ ਕੁਛ ਬਣਾਉਣਾ, ਇੱਕ ਇਹ ਸੋਚੋ ਭਈ ਪੰਜਾਬ ਦਾ ਕਿੱਦਾਂ ਫਾਇਦਾ ਹੋਊਗਾ, ਪੰਜਾਬ ਦੇ ਲੋਕਾਂ ਦਾ ਕਿੱਦਾਂ ਫਾਇਦਾ ਹੋਊਗਾ। ਹੁਣ ਜਿਹੜੇ ਗਰੀਬ ਆ, ਤੁਹਾਨੂੰ ਪਤਾ ਹੁਣ ਕੋਵਿਡ ਦੇ ਵਿੱਚ ਕਿੰਨੀ ਆਕਸੀਜਨ ਕ੍ਰਾਈਸਿਸ ਆਈ ਆ, ਤੇ ਸਾਹ ਨਹੀਂ ਮਿਲਦਾ ਲੋਕਾਂ ਨੂੰ, ਸਾਹ ਪੈਸੇ ਦੇ ਪੈਸੇ ਜਿੰਨੇ ਮਰਜ਼ੀ ਸੀਗੇ ਆਕਸੀਜਨ ਦੇ ਟੈਂਕ ਨਹੀਂ ਮਿਲਦੇ ਸੀਗੇ। ਹੁਣ ਜਿਹੜੇ ਦਰੱਖਤ ਆ ਉਹ ਇਕੱਲੇ ਇਕੱਲੇ ਆਕਸੀਜਨ ਦੇ ਟੈਂਕ ਆ, ਤੇ ਜੇ ਤੁਸੀਂ ਥਾਂ ਥਾਂ ਦਰੱਖਤ ਬੀਜੋਗੇ ਤੇ ਪੰਜਾਬ ਨੂੰ ਫਾਇਦਾ ਹੋਊਗਾ ਲੌਂਗ ਟਰਮ ਤੇ, ਓਨੇ ਹੀ ਸਾਫ਼ ਅੰਦਰ ਤੁਹਾਡੇ ਫੇਫੜੇ ਹੋਊਗੇ, ਤੁਹਾਡਾ ਸਿਸਟਮ ਸਾਫ਼ ਹੋਊਗਾ, ਤੁਹਾਡੀ ਹੈਲਥ ਸਾਫ਼ ਹੋਊਗੀ, ਤੁਹਾਨੂੰ ਫਿਰ ਹੋਸਪਿਟਲ ਜਾਣਾ, ਜਿੱਦਾਂ ਹੁਣ ਹਰ ਚੀਜ਼ ਦੇ ਐਸਮਾ ਆ, ਸਾਹ ਨਹੀਂ ਆਉਂਦਾ, ਬਹੁਤ ਬਿਮਾਰੀਆਂ ਪੈਦਾ ਹੋਈਆਂ ਆ, ਕਿਉਂਕਿ ਸਾਡੇ ਪੰਜਾਬ ਦੇ ਜਿੱਦਾਂ ਅਸੀਂ ਵੀ ਜਿੱਦਾਂ ਥਾਂ ਥਾਂ ਕੂੜਾ ਸਿੱਟੀ ਜਾਂਦੇ ਹਾਂ, ਦਰੱਖਤ ਵੱਢੀ ਜਾਂਦੇ ਹਾਂ, ਕੋਈ ਕਦਰ ਨਹੀਂ ਕਰਦੇ। ਸੋ ਮੇਰਾ ਇਹੀ ਆ ਵੀ ਆਪਣੇ ਬਜ਼ੁਰਗਾਂ ਦੀ ਮੈਮਰੀ 'ਤੇ ਇੱਕ ਇੱਦਾਂ ਦਾ ਤੋਹਫਾ ਛੱਡ ਕੇ ਜਾਓ ਜਿਹੜਾ ਭਾਈ ਸਦੀਆਂ ਤੱਕ ਹੀ ਉਹ ਫਾਇਦਾ ਹੋਵੇ। ਠੀਕ, ਥੈਂਕ ਯੂ ਭਾਈ ਸਾਹਿਬ, ਥੈਂਕ ਯੂ ਵੈਰੀ ਮੱਚ ਜੀ। ਅਤੇ ਡਾਕਟਰ ਸਾਹਿਬ ਮੇਰਾ ਲਾਸਟ ਦੇ ਵਿੱਚ ਥੋੜ੍ਹਾ ਜਿਹਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਜਿੱਦਾਂ ਭਾਈ ਸਾਹਿਬ ਨੇ ਪਹਿਲਾਂ ਵੀ ਮੈਨਸ਼ਨ ਕੀਤਾ ਕਿ ਭਾਈ ਅਮਰਪ੍ਰੀਤ ਸਿੰਘ ਹੁਣੀ ਸਾਡੇ ਜਿਹੜੇ ਪੰਜਾਬ ਦੇ ਵਿੱਚ ਸੇਵਾਦਾਰ ਹੈਗੇ, ਉਹਨਾਂ ਦੇ ਨਾਲ ਕਾਫੀ ਜਿੱਦਾਂ ਵਲੰਟੀਅਰ ਜੁੜੇ ਹੈਗੇ ਆ, ਅਤੇ ਜਿੱਦਾਂ ਆਪਾਂ ਨੂੰ ਇਹਦੇ ਵਿੱਚ ਵਲੰਟੀਅਰਸ ਦੀ ਲੋੜ ਪਊਗੀ, ਅਸੀਂ ਪਹਿਲਾਂ ਜਿਹੜਾ ਐਗਜਿਸਟਿੰਗ ਵਲੰਟੀਅਰ ਡਾਟਾਬੇਸ ਹੈ ਸਾਡਾ, ਉਹਦੇ ਵਿੱਚ ਅਸੀਂ ਵਲੰਟੀਅਰਸ ਦੇ ਸਕਿੱਲ ਸੈੱਟ ਲੱਭ ਕੇ ਦੇਖਾਂਗੇ ਕਿ ਜਿਹੜੇ ਆਪਣੇ ਇਹਦੇ ਵਿੱਚ ਕੰਮ ਆ ਸਕਦੇ ਆ। ਅਤੇ ਬਸ ਮੈਂ ਤੁਹਾਨੂੰ ਬੇਨਤੀ ਕਰੂੰਗਾ ਟੂਕ ਮਾਤਰ ਥੋੜ੍ਹਾ ਜਿਹਾ ਦੱਸ ਦਿਓ ਵੀ ਆਪਾਂ ਨੂੰ ਇਨ ਕੇਸ ਆਪਣੇ ਪੂਲ ਦੇ ਵਿੱਚੋਂ ਆਪਾਂ ਨੂੰ ਘੱਟ ਪੈਂਦੇ ਵਲੰਟੀਅਰ ਜਿਹੜੇ ਸਕਿੱਲਸ ਚਾਹੀਦੇ ਆ ਅਤੇ ਆਪਾਂ ਨੂੰ ਹੋਰ ਨਵੇਂ ਲੈਣੇ ਪੈਂਦੇ ਆ, ਥੋੜ੍ਹਾ ਜਿਹਾ ਟੂਕ ਮਾਤਰ ਦੱਸ ਦਿਓ ਵੀ ਆਪਾਂ ਨੂੰ ਕਿੱਦਾਂ ਦੇ ਵਲੰਟੀਅਰਸ ਦੀ ਲੋੜ ਪੈ ਸਕਦੀ ਆ ਫਿਊਚਰ ਦੇ ਵਿੱਚ ਇਸ ਪ੍ਰੋਜੈਕਟ ਦੇ ਨਾਲ ਜੁੜਨ ਲਈ। ਇਹ ਬਹੁਤ ਵਧੀਆ ਭਾਜੀ ਤੁਸੀਂ ਸਵਾਲ ਕੀਤਾ, ਤੇ ਕਿਉਂਕਿ ਸਾਨੂੰ ਵਲੰਟੀਅਰਸ ਦੀ ਲੋੜ ਰਹਿਣੀ ਆ, ਕਿਉਂਕਿ ਵਲੰਟੀਅਰ ਜਿੱਦਾਂ ਮੈਂ ਕਿਹਾ ਸੀ ਸੀਡ ਕਲੈਕਸ਼ਨ ਆ, ਥਰੂ ਆਊਟ ਦੀ ਈਅਰ ਸੀਡ ਕਲੈਕਸ਼ਨ ਚੱਲਦਾ ਰਹਿੰਦਾ, ਤਾਂ ਔਰ ਜਿਹੜਾ ਫਲੋਰਾ ਹੈਗਾ ਉਹ ਪਠਾਨਕੋਟ ਤੋਂ ਲੈ ਕੇ ਅਬੋਹਰ ਤੱਕ ਚੇਂਜ ਹੁੰਦਾ, ਤਾਂ ਸਾਨੂੰ ਹਰ ਡਿਸਟ੍ਰਿਕਟ ਦੇ ਵਿੱਚ 2-3 ਜਿਹੜੇ ਵਲੰਟੀਅਰਸ ਚਾਹੀਦੇ ਘੱਟੋ ਘੱਟ, ਜਿਹੜੇ ਟੈਕਨੀਕਲੀ ਸਾਊਂਡ ਹੋਣ, ਟੈਕਨੀਕਲੀ ਤੋਂ ਭਾਵ ਘੱਟੋ ਘੱਟ ਉਹਨਾਂ ਦੀ ਜਿਹੜੀ ਪੜ੍ਹਾਈ ਆ ਉਹ BSc ਐਗਰੀਕਲਚਰ ਹੋਣੀ ਚਾਹੀਦੀ ਆ, ਕਿਉਂਕਿ ਜਿਹੜਾ BSc ਐਗਰੀਕਲਚਰ ਦਾ ਕੋਰੀਕੁਲਮ ਆ ਉਹਦੇ ਵਿੱਚ ਹਾਰਟੀਕਲਚਰ, ਫੋਰੈਸਟਰੀ, ਔਰ ਐਗਰੋਨੋਮੀ, ਜਿਹੜੀਆਂ ਬੇਸਿਕ ਦੀਆਂ ਜਿਹੜੀਆਂ ਪੇੜ ਪੌਦੇ, ਰੁੱਖ ਪੌਦੇ ਉਗਾਉਣ ਦੀਆਂ ਤੇ ਜਾਂ ਉਹਨਾਂ ਦੀ ਜਾਣ ਪਛਾਣ ਦੇ ਜਿਹੜੇ ਕੋਰਸ ਆ ਬੱਚੇ ਪੜ੍ਹ ਲੈਂਦੇ ਆ। ਤਾਂ ਔਰ ਦੂਸਰਾ ਇਹ ਕਿ ਜਦੋਂ ਅਸੀਂ ਗਰਾਊਂਡ ਲੈਵਲ ਤੇ ਕੰਮ ਕਰਨਾ ਤਾਂ ਬੂਟੇ ਦਾ ਜਿਵੇਂ ਸੈਂਪਲ ਲੈਣਾ, ਮਿੱਟੀ ਦਾ ਸੈਂਪਲ ਲੈਣਾ, ਪਾਣੀ ਦਾ ਸੈਂਪਲ ਲੈਣਾ, ਤਾਂ ਜਿਹੜੇ ਜੇ ਸਾਡੇ ਕੋਲ ਐਗਰੀਕਲਚਰ ਗ੍ਰੈਜੂਏਟਸ ਹੋਣਗੇ ਜਾਂ ਹਾਰਟੀਕਲਚਰ ਗ੍ਰੈਜੂਏਟਸ ਹੋਣਗੇ ਜਾਂ ਕਈ ਇੱਦਾਂ ਦੇ ਹੁੰਦੇ ਆ ਸੱਜਣ ਬੱਚੇ
ਜਿਨ੍ਹਾਂ ਨੇ 1 ਈਅਰ ਦਾ ਈਵਨ ਡਿਪਲੋਮਾ ਕੀਤਾ ਹੁੰਦਾ, ਹਾਰਟੀਕਲਚਰ ਸੁਪਰਵਾਈਜ਼ਰ ਦਾ ਡਿਪਲੋਮਾ ਕੀਤਾ ਹੁੰਦਾ, ਉਹ ਜਿਨ੍ਹਾਂ ਦੀ ਜਿਨ੍ਹਾਂ ਨੂੰ ਥੋੜ੍ਹੀ ਜਿਹੀ ਬੈਕਗ੍ਰਾਉਂਡ ਇਸ ਚੀਜ਼ ਦੀ ਹੈਗੀ ਹੈ ਕਿ ਸਾਡੇ ਆਸ ਪਾਸ ਕਰੋਨਾ ਕਿੱਦਾਂ ਦਾ, ਔਰ ਉਹਨਾਂ ਨੂੰ ਉਸ ਫਲੋਰੀ ਨੂੰ ਸੰਭਾਲਣਾ ਕਿੱਦਾਂ ਦਾ, ਲਾਉਣਾ ਕਿੱਦਾਂ ਦਾ, ਜੇ ਸਾਡੇ ਕੋਲ ਉਸ ਤਰ੍ਹਾਂ ਵਲੰਟੀਅਰ ਆ ਜਾਣਗੇ ਤਾਂ ਸਾਨੂੰ ਜਿਹੜੀ ਇਹ ਇਸ ਕਾਰਜ ਨੂੰ ਕਰਨ 'ਚ ਸਾਡੀ ਸਪੀਡ ਹੋਰ ਕਈ ਗੁਣਾ ਵੱਧ ਜੂ। ਧੰਨਵਾਦ ਧੰਨਵਾਦ ਡਾਕਟਰ ਸਾਹਿਬ। ਅਤੇ ਭਾਈ ਸਾਹਿਬ ਹੋਰ ਕੋਈ ਗੱਲਬਾਤ ਜੇ ਆਪਣੀ ਰਹਿ ਗਈ ਹੋਵੇ ਤਾਂ ਤੁਸੀਂ ਪਲੀਜ਼ ਆਖਰੀ ਟਿੱਪਣੀ ਜੇ ਕਰਨੀ ਚਾਹੋ ਤਾਂ ਪਲੀਜ਼ ਆਪਾਂ ਕਰ ਸਕਦੇ ਹਾਂ। ਅਤੇ ਇਹ ਸਾਰਾ ਐਕਸਪੈਰੀਮੈਂਟ ਅਸੀਂ ਕਰ ਰਹੇ ਪਹਿਲਾਂ ਬਿਗਿਨਿੰਗ ਤੇ ਸ਼ੁਰੂ ਹੋਣ ਤੇ, ਅਸੀਂ ਨਹੀਂ ਕਹਿੰਦੇ ਭਈ ਅਸੀਂ ਇਹਦੇ ਵਿੱਚ ਐਕਸਪਰਟ ਆ, ਜਿੱਦਾਂ ਭਾਈ ਸਾਹਿਬ ਐਕਸਪਰਟ ਹੈਗੇ ਆ, ਭਾਈ ਇਹ ਡਾਕਟਰ ਸਾਹਿਬ ਹੋਣੀ ਇਹਦੇ ਵਿੱਚ ਐਕਸਪਰਟਸ ਆ, ਪਰ ਇਹਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਭਈ ਜੇ ਅਸੀਂ ਕੁਛ ਨਹੀਂ ਕੀਤਾ ਹੁਣ ਅਸੀਂ ਘੜੀ ਘੜੀ ਉੱਥੇ ਰਹਿਣਾ ਭਈ ਗੱਲਾਂ ਵਿੱਚ ਹੀ ਰਹਿ ਜਾਣਾ। ਹੁਣ ਕਿੰਨੀਆਂ ਚੀਜ਼ਾਂ ਹੈ, ਕਿੰਨੀਆਂ ਪੰਜਾਬ ਦੇ ਵਿੱਚ ਜਿੱਦਾਂ ਛੱਪੜ ਦੀ ਗੱਲ ਹੋਈ ਕਹਿ ਲਓ, ਹੁਣ ਛੱਪੜ ਇੱਕ ਪਿੰਡਾਂ ਲਈ ਬਹੁਤ ਜ਼ਰੂਰੀ ਹੁੰਦਾ। ਹੁਣ ਅਸੀਂ ਆਪਣੇ ਪਿੰਡ ਵੀ ਛੱਪੜ ਸਾਫ਼ ਕੀਤਾ, ਮੈਂ ਉੱਧਰ ਗਿਆ ਸੀਗਾ ਪਿਛਲੇ 10 ਸਾਲ ਪਹਿਲਾਂ ਮਾਨਸਾ ਡਿਸਟ੍ਰਿਕਟ ਵਿੱਚ, ਉਹਦੇ ਵਿੱਚ ਉਹਨੇ ਬਹੁਤ ਸੋਹਣੇ ਛੱਪੜ ਪੱਕੇ ਵੀ ਕੀਤੇ ਹੋਆ, ਵਿੱਚ ਮੱਝਾਂ ਨਹਾਉਂਦੀਆਂ, ਪਾਣੀ ਸੇਵ ਹੁੰਦਾ। ਸੋ ਨਿੱਕੀ ਨਿੱਕੀ ਚੀਜ਼ ਸਾਨੂੰ ਕਦਮ ਚੱਕਣਾ ਪੈਣਾ। ਇਹ ਦਰੱਖਤਾਂ ਦਾ ਜਿਹੜਾ ਜਿਹੜਾ ਭਾਈ ਕਦਮ ਚੱਕਣਾ ਚਾਹੁੰਦੇ ਅਸੀਂ, ਇੱਕ ਪਾਸੇ ਨਰਸਰੀਆਂ ਹੋ ਗਈਆਂ, ਦੂਜੇ ਪਾਸੇ ਤੁਹਾਡੇ ਅਸੀਂ ਪਿੰਡ ਲਾ ਕੇ ਫ੍ਰੀ ਬੀਜਾਂਗੇ, ਪਰ ਸਾਨੂੰ ਇਹਦੇ ਵਿੱਚ ਸਪੋਰਟ ਦੀ ਬਹੁਤ ਲੋੜ ਆ। ਇਹ ਵਿੱਚ ਅਸੀਂ ਇਹੀ ਕਹਿੰਦੇ ਹਾਂ, ਸਪੈਸ਼ਲੀ ਬਾਹਰ ਸਿੱਖ ਬੈਠੇ ਆ, ਤੁਸੀਂ ਆਪਣੇ ਪਿੰਡਾਂ ਬਾਰੇ ਸੋਚੋ, ਪੰਜਾਬ ਬਾਰੇ ਸੋਚੋ, ਅਤੇ ਅਸੀਂ ਤੁਹਾਤੋਂ ਪਰਮਨੈਂਟਲੀ ਜ਼ਮੀਨ ਨਹੀਂ ਲੈਣ ਆਏ, ਤੁਸੀਂ ਸਾਨੂੰ ਜ਼ਮੀਨ ਦੇਣੀ ਆ ਲੀਜ਼ 'ਤੇ, ਲੌਂਗ ਲੀਜ਼ 'ਤੇ, ਵੈਰੀ ਮਿਨੀਮਮ ਚਾਰਜ 'ਤੇ, ਕਹਿ ਲਓ ਕਹਿ ਲਓ 100 ਰੁਪਈਆ ਸਾਲ ਦਾ ਹੋ ਗਿਆ, 50 ਰੁਪਈਆ ਹੋ ਗਿਆ, ਅਤੇ ਇਹਦੇ ਵਿੱਚ ਅਸੀਂ ਫਿਰ ਜੋ ਅਸੀਂ ਕਰ ਸਕਦੇ ਹਾਂ ਦਰੱਖਤਾਂ ਲਈ, ਅਤੇ ਨਵੇਂ ਦਰੱਖਤ ਬੀਜਣੇ, ਪੁਰਾਣੇ ਦਰੱਖਤ ਲਿਆਉਣੇ, ਇਹ ਅਸੀਂ ਕਰਾਂਗੇ, ਪਰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰੀ ਹੈ। ਠੀਕ ਹੈ ਜੀ, ਅਸੀਂ ਧੰਨਵਾਦੀ ਹਾਂ ਡਾਕਟਰ ਸਾਹਿਬ ਦੇ, ਭਾਈ ਰਵੀ ਸਿੰਘ ਉਹਨਾਂ ਦੇ, ਅਤੇ ਇਹ ਜਿਹੜੀ ਗੱਲਬਾਤ ਲਈ ਉਹਨਾਂ ਨੇ ਆਪਣਾ ਸਮਾਂ ਕੱਢਿਆ, ਅਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਹੈ ਡਾਕਟਰ ਸਾਹਿਬ ਦੇ ਨਾਲ ਰਿਕਾਰਡ ਕਰਕੇ ਜਾਂ ਲਾਈਵ ਸੋਸ਼ਲ ਮੀਡੀਆ ਚੈਨਲਸ ਦੇ ਉੱਤੇ ਆਪਣੇ ਸਾਂਝੀ ਕਰਦੇ ਰਹਾਂਗੇ। ਅਤੇ ਕੁਛ ਤਕਨੀਕੀ ਖਰਾਬੀ ਕਾਰਨ ਡਾਕਟਰ ਸਾਹਿਬ ਦੀ ਜਿਹੜੀ ਵੀਡੀਓ ਉਹ ਨਹੀਂ ਆ ਰਹੀ ਸਕਰੀਨ ਦੇ ਉੱਤੇ, ਪਰ ਉਹ ਸਾਡੇ ਨਾਲ ਆਵਾਜ਼ ਦੇ ਰੂਪ ਦੇ ਵਿੱਚ ਜੁੜੇ ਹੋਏ ਨੇ, ਅਤੇ ਅਸੀਂ ਇੱਥੇ ਹੀ ਖਿਮਾ ਦੇ ਜਾਜਕ ਹੁੰਦੇ ਹਾਂ, ਅਤੇ ਫਤਿਹ ਕਹਾਉਂਦੇ ਹਾਂ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।